ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ ਅੰਮ੍ਰਿਤਸਰ ਦੇ ਵਿੱਚ ਉਹ ਮੰਦਭਾਗ ਹੈ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਨੇ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਟੀਮ ਵੀ ਅੰਮ੍ਰਿਤਸਰ ਪਹੁੰਚੀ ਹੈ, ਕੈਪਟਨ ਅਮਰਿੰਦਰ ਵੀ ਅੰਮ੍ਰਿਤਸਰ ਪਹੁੰਚੇ ਨੇ, ਪਰ ਪੰਜਾਬ 'ਚ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਵੀ ਸ਼ੁਰੂ ਹੋ ਗਈ ਹੈ ਇਸ ਧਮਾਕੇ ਤੋਂ ਬਾਅਦ। ਕੀ ਅਸਲ 'ਚ ਪੰਜਾਬ ਨੂੰ ਸਾਰਾ ਖਤਰਾ ਦਹਿਸ਼ਤਵਾਦ ਤੋਂ ਹੈ ਜਾਂ ਕਿਤੇ ਕਿਤੇ ਰਾਜਨੀਤੀ ਤੋਂ ਵੀ ਖਤਰਾ ਹੈ, ਜਿਹੜੀ ਰਾਜਨੀਤੀ ਇੱਕ ਘਟਨਾ ਨੂੰ ਦਹਿਸ਼ਤ ਦੇ ਵੱਡੇ ਚਿੰਨ੍ਹ ਦੇ ਰੂਪ ਦੇ ਵਿੱਚ ਪ੍ਰਮੋਟ ਕਰ ਰਹੀ ਹੈ, ਵਧਾ ਚੜ੍ਹਾ ਕੇ ਪੇਸ਼ ਕਰ ਰਹੀ ਹੈ? ਇਹ ਸਾਰੇ ਸਿਆਸੀ ਹਾਲਾਤ ਨੇ ਜਿਹੜੇ ਪੰਜਾਬ ਦੇ, ਇਹ ਕੰਟਰੋਲ ਹੋ ਸਕਦੇ ਨੇ? ਇੱਕਾ ਦੁੱਕਾ ਹਮਲੇ ਪੰਜਾਬ ਦੇ ਵਿੱਚ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਪੋਲੀਟੀਕਲ ਲੀਡਰ ਇਹ ਕਿਉਂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਖਤਰਨਾਕ ਹੋ ਗਈ ਹੈ? ਕੀ ਇਹਦੇ ਪਿੱਛੇ ਸਿਰਫ ਆਪਣੀ ਸਿਆਸੀ ਰੋਟੀ ਸੇਕਣ ਦਾ ਮਕਸਦ ਹੈ, ਜਾਂ ਸੱਚਮੁੱਚ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਪੰਜਾਬ 'ਚ ਲਾ ਅਤੇ ਆਰਡਰ ਬਹੁਤ ਜ਼ਿਆਦਾ ਖਰਾਬ ਹੈ? ਦੁਨੀਆ ਭਰ ਦੇ ਵਿੱਚ ਸਮੇਂ ਸਮੇਂ 'ਤੇ ਇੱਕਾ ਦੁੱਕਾ ਦਹਿਸ਼ਤਵਾਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਜ਼ਰੂਰੀ ਇਹ ਹੈ ਕਿ ਅਸੀਂ ਕਿਵੇਂ ਇਹਨਾਂ ਘਟਨਾਵਾਂ ਨੂੰ ਵਧਣ ਤੋਂ ਰੋਕੀਏ, ਸਾਡੀ ਪਲੈਨਿੰਗ ਹੋਣੀ ਚਾਹੀਦੀ ਹੈ। ਇੱਕ ਦੂਸਰੀ ਅਹਿਮ ਘਟਨਾ ਜਿਹੜੀ ਅੱਜ ਵਾਪਰੀ ਹੈ, ਸੁਖਬੀਰ ਬਾਦਲ SIT ਅੱਗੇ ਪੇਸ਼ ਹੋਏ ਨੇ। ਕਈ ਦਿਨਾਂ ਤੋਂ ਇਹ ਲੁਕਣ ਮੀਚੀ ਚੱਲ ਰਹੀ ਸੀ ਕਿ ਸੁਖਬੀਰ ਬਾਦਲ ਅੰਮ੍ਰਿਤਸਰ ਪੇਸ਼ ਹੋਣਗੇ ਜਾਂ ਚੰਡੀਗੜ੍ਹ। ਚੰਡੀਗੜ੍ਹ ਪੇਸ਼ ਹੋਏ ਨੇ, ਪੇਸ਼ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਔਰ ਜੰਮ ਕੇ ਭੜਾਸ ਕੱਢੀ ਹੈ, ਕੈਪਟਨ ਅਮਰਿੰਦਰ ਦੇ ਵੀ ਕੱਢੀ ਹੈ। ਔਰ ਸੁਖਬੀਰ ਬਾਦਲ ਨੂੰ ਇਸ ਬੰਬ ਧਮਾਕੇ ਨਾਲ 25 ਸਾਲ ਪੁਰਾਣਾ ਵੇਲਾ ਯਾਦ ਆ ਗਿਆ। ਆਹ ਸਿਚੁਏਸ਼ਨ ਮੈਨੂੰ ਯਾਦ ਕਰਾਉਂਦਾ 25 ਸਾਲ ਪਹਿਲੇ। 25 ਸਾਲ ਪਹਿਲੇ ਪੰਜਾਬ ਦੀ ਜੋ ਹਾਲਾਤ ਬਣੀ ਸੀ, ਜਦੋਂ ਕੋਈ ਬਜ਼ੁਰਗ ਮਾਂ ਭੈਣ ਬੱਚਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਸੀ ਕਿਉਂਕਿ ਦਹਿਸ਼ਤਗਰਦੀ ਦਾ ਮਾਹੌਲ ਸੀ ਅਤੇ ਕਰਨ ਵਾਲੀ ਕਾਂਗਰਸ ਪਾਰਟੀ ਸੀ। ਉਦੋਂ ਵੀ ਉਹ ਮੋਡਰੇਟ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨੀਵਾਂ ਦਿਖਾਉਣ ਵਾਸਤੇ ਉਹ ਜੀਆਂ ਤਾਕਤਾਂ ਨੂੰ ਇਨਕਰੇਜ ਕੀਤਾ। ਪਿਛਲੇ 1.5 ਸਾਲ ਤੋਂ ਮੁੱਖ ਮੰਤਰੀ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਉਹੀ ਨੀਤੀ ਵਰਤ ਰਿਹਾ, ਉਹੀ ਨੀਤੀ 'ਤੇ ਆ ਗਿਆ ਜਿਹੜੀ ਕਾਂਗਰਸ ਗਾਂਧੀ ਪਰਿਵਾਰ ਨੇ 25-26 ਸਾਲ ਪਹਿਲੇ ਸ਼ੁਰੂ ਕੀਤੀ ਸੀ। ਮੈਨੂੰ ਲੱਗਦਾ ਰਾਹੁਲ ਗਾਂਧੀ ਦੀ ਇੰਸਟਰਕਸ਼ਨ 'ਤੇ, ਗਾਂਧੀ ਪਰਿਵਾਰ ਦੇ ਇੰਸਟਰਕਸ਼ਨ 'ਤੇ, ਉਹ ਗਾਂਧੀ ਪਰਿਵਾਰ ਕਾਂਗਰਸ ਕੈਪਟਨ ਨੂੰ ਇੰਸਟਰਕਸ਼ਨ ਮਿਲੀ ਹੈ ਕਿ ਪੰਜਾਬ ਨੂੰ ਫਿਰ ਤੋਂ ਉਹ ਜਿਹੇ ਮਾਹੌਲ 'ਚ ਲੈ ਕੇ ਜਾਣ। ਬਿਲਕੁਲ ਗਲਤ ਗੱਲ ਹੈ। ਦੇਖੋ, ਅਕਾਲੀ ਦਲ ਸਰਕਾਰ ਵੇਲੇ ਕਿੰਨੇ ਜਿਹੜੇ ਧਰਮਾਂ ਦੇ ਅਨੁਆਈ ਹੈ ਜਿਨ੍ਹਾਂ ਦੀਆਂ ਹੱਤਿਆ ਹੋਈਆਂ ਨੇ, ਔਰ ਸ਼ਰਾਰਤੀ ਅੰਸਰ ਮੌਕਾ ਲੱਭਦੇ ਰਹਿੰਦੇ ਇਹੋ ਜਿਹੇ ਕੰਮ ਕਰਨ ਨੂੰ। ਉਦੋਂ ਵੀ ਆਤੰਕ ਫੈਲਿਆ ਸੀ ਔਰ ਇਸ ਸਰਕਾਰ ਨੇ ਉਹ ਸਾਰੀਆਂ ਹੱਤਿਆ ਦਾ ਮਸਲੇ ਹੱਲ ਕੀਤੇ ਆ ਤੁਹਾਡੇ ਸਾਹਮਣੇ ਆ। ਔਰ ਜੇ ਜਲੰਧਰ ਦੇ ਬੰਬ ਬਲਾਸਟ ਦੀ ਗੱਲ ਕਰ ਲਓ, ਉਹ ਵੀ ਹੱਲ ਹੋਇਆ ਵੀ ਕਿੰਨਾ ਕੀਤਾ ਕਿਵੇਂ ਕੀਤਾ, ਇਹ ਵੀ ਤੁਹਾਡੇ ਸਾਹਮਣੇ ਫੜੇ ਜਾਣਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੋ ਆਮ ਆਦਮੀ ਪਾਰਟੀ ਕੇ ਨੇਤਾ ਹੈ, ਉਹਨੇ ਦੇਸ਼ ਕੇ ਇਤਿਹਾਸ ਕੋ ਕਲੰਕਿਤ ਕਰਨੇ ਕੀ ਕੋਸ਼ਿਸ਼ ਕੀ, ਦੇਸ਼ ਕੇ ਇਤਿਹਾਸ ਕੇ ਸਾਥ ਦੇਸ਼ ਕੀ ਸੈਨਾ ਕੇ ਮਨੋਬਲ ਗਿਰਾਨੇ ਕੀ ਕੋਸ਼ਿਸ਼ ਕੀ ਹੈ, ਔਰ ਬਾਹਰ ਬੈਠੇ ਹੋਏ ਜੋ ਫੋਰਨ ਫੰਡਿੰਗ ਉਨਕੇ ਲੋਕ ਹੈ, ਰੈਡੀਕਲ ਗਰੁੱਪ ਹੈ, ਉਨਕੇ ਇਸ਼ਾਰੇ ਪੇ ਕੀ ਹੈ, ਯੇ ਦੇਸ਼ ਕਭੀ ਬਰਦਾਸ਼ਤ ਨਹੀਂ ਕਰੇਗਾ। ਹਮਨੇ ਪੁਲਿਸ ਸਟੇਸ਼ਨ ਮੇਂ ਆ ਕਰਕੇ FIR ਦਰਜ ਕਰਾਈ ਹੈ, ਹਮਨੇ ਕਹਾ ਹੈ ਕਿ ਯੇ ਦੇਸ਼ ਦਰੋਹ ਕਾ ਮਾਮਲਾ ਬਨਤਾ ਹੈ, ਪਰਚਾ ਦਰਜ ਕਰੇਗਾ। ਇਹਦਾ ਉਹ ਕੱਲ ਹੀ ਉਹ ਆਪ ਕੰਡੈਮ ਵੀ ਕਰ ਚੁੱਕੇ, ਰਿਗਰੈਟ ਵੀ ਕਰ ਚੁੱਕੇ, ਔਰ ਕਹਿ ਵੀ ਚੁੱਕੇ ਕਿ ਮੇਰੇ ਬਿਆਨ ਨੂੰ ਆਊਟ ਆਫ ਪ੍ਰਪੋਰਸ਼ਨ ਹੈ ਜਿਹੜਾ ਉਹ ਉਛਾਲਿਆ ਜਾ ਰਿਹਾ ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ। ਪਰ ਸਵਾਲ ਅੱਜ ਵੱਡਾ ਇਹ ਖੜਾ ਹੁੰਦਾ ਹੈ ਕਿ ਕੀ ਇਹਨਾਂ ਪਾਰਟੀਆਂ ਦੇ ਲਈ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇਕਣਾ ਇਹਨਾਂ ਦਾ ਮਕਸਦ ਹੈ? ਸੋ ਪੋਲੀਟੀਕਲ ਰਿਐਕਸ਼ਨ ਸੁਣੇ ਸਾਰਿਆਂ ਦੇ, ਔਰ ਵੱਖ ਵੱਖ
ਸਮਾਜਿਕ ਤੇ ਰਾਜਨੀਤਿਕ ਧਿਰਾਂ ਵੀ ਅੱਜ ਇਸ ਖਾਸ ਐਪੀਸੋਡ ਦੇ ਵਿੱਚ ਮੇਰੇ ਨਾਲ ਮੌਜੂਦ ਨੇ। ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਸੰਤੋਖ ਸਿੰਘ ਔਜਲਾ ਸਾਹਿਬ, ਜਿਹੜੇ ਕਿ ਪੋਲੀਟੀਕਲ ਸਾਇੰਸ ਦੇ ਮਾਹਰ ਰਹੇ ਨੇ ਔਰ ਅੱਜ ਰਾਜਨੀਤਿਕ ਮਾਹਰ ਦੀ ਹੈਸੀਅਤ ਦੇ ਨਾਲ ਸਾਡੇ ਨਾਲ ਮੌਜੂਦ ਨੇ, ਹੁਣ ਵੀ ਪੋਲੀਟੀਕਲ ਸਾਇੰਸ ਦੇ ਮਾਹਰ ਨੇ। ਔਜਲਾ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਪਹਿਲੀ ਵਾਰੀ ਤੁਸੀਂ ਮੁੱਦੇ ਦੇ ਮੰਚ ਦੇ ਉੱਤੇ ਸਾਡੇ ਨਾਲ ਹਾਜ਼ਰ ਹੋਏ। ਔਰ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਅਤੇ ਉੱਘੇ ਵਕੀਲ ਇਕਬਾਲ ਸਿੰਘ ਗਿੱਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਗਿੱਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਔਰ ਕਰਨਲ ਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਦਾ ਸੰਬੰਧ ਲੰਮਾ ਸਮਾਂ ਫੌਜ ਨਾਲ ਰਿਹਾ, ਜੰਮੂ ਕਸ਼ਮੀਰ ਦੇ ਵਿੱਚ ਵੀ ਤੈਨਾਤ ਰਹੇ ਨੇ ਬਹੁਤਾ ਸਮਾਂ। ਸੋ ਕਰਨਲ ਸਾਹਿਬ, ਸੁਖਪਾਲ ਖਹਿਰਾ ਤੁਹਾਡੇ ਦੇ ਨਾਲ ਨੇ, ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨਾਲ, ਪਰ ਫੌਜ ਦੀਆਂ ਗੱਲਾਂ ਵੀ ਇਹਨਾਂ ਨਾਲ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਹੈ, ਔਜਲਾ ਸਾਹਿਬ, ਸਵਾਲ ਮੇਰਾ ਪਹਿਲਾਂ ਇਹ ਹੈ ਕਿ ਪੰਜਾਬ 'ਚ ਪੋਲੀਟੀਕਲ ਧਿਰਾਂ ਇਸ ਬੰਬ ਧਮਾਕੇ 'ਤੇ ਵੀ ਮਾਰਕੀਟਿੰਗ ਕਰ ਰਹੀਆਂ ਨੇ, ਇਹ ਮੰਨਿਆ ਜਾਵੇ ਜਿਸ ਤਰੀਕੇ ਦੇ ਟਵੀਟ ਨੇ, ਜਿਸ ਤਰੀਕੇ ਦੇ ਬਿਆਨ ਨੇ, ਕਿ ਸੱਚਮੁੱਚ ਖਤਰਾ ਉਹਨਾਂ ਜ਼ਿਆਦਾ ਜਿੰਨਾ ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਦੱਸ ਰਹੇ? ਇਹ ਇੰਨਾ ਜ਼ਿਆਦਾ ਖਤਰਾ ਤਾਂ ਨਹੀਂ ਹੈ, ਪਰ ਸਾਡੀ ਰਾਜ ਦੀ, ਪੰਜਾਬ ਦੀ ਰਾਜਨੀਤੀ ਵਿੱਚ ਇੰਨਾ ਜ਼ਿਆਦਾ ਨਿਘਾਰ ਆ ਗਿਆ ਅਤੇ ਇਹ ਕਿਸੇ ਵੀ ਮੁੱਦੇ 'ਤੇ ਰਾਜਨੀਤੀ ਕਰਨ ਤੋਂ ਸਾਡੇ ਜਿਹੜੇ ਲੀਡਰ ਹੈ ਇਹ ਗਰੇਜ ਨਹੀਂ ਕਰਦੇ। ਪਹਿਲਾਂ ਉਹ ਦੁਸਹਿਰੇ ਵਾਲੇ ਦਿਨ ਜਿਹੜੀ ਰੇਲ ਗੱਡੀ ਦੀ ਘਟਨਾ ਹੋਈ, ਉਹ 'ਤੇ ਰੱਜ ਕੇ ਰਾਜਨੀਤੀ ਹੋਈ, ਹੁਣ ਜਿਹੜੀ ਕੱਲ੍ਹ ਅੰਮ੍ਰਿਤਸਰ ਘਟਨਾ ਹੋਈ ਹੈ ਇਹਦੇ 'ਤੇ ਵੀ ਕਰ ਰਹੇ ਹੈ। ਦਰਅਸਲ ਇਹ ਕੋਈ ਨਵੀਂ ਨਹੀਂ ਹੈ ਘਟਨਾ, ਪਹਿਲਾਂ ਵੀ ਹੁੰਦੀਆਂ ਰਹੀਆਂ, ਅੱਗੇ ਵੀ ਹੋਣਗੀਆਂ। ਤੋ ਗੱਲ ਤਾਂ ਇਹ ਵੀ ਜੇ ਸਾਰੇ ਪੋਲੀਟੀਕਲ ਪਾਰਟੀਆਂ, ਸਾਰੇ ਲੋਕ ਜੇ ਥੋੜ੍ਹੇ ਜਿਹੇ ਅਲਰਟ ਹੋ ਜਾਣ ਤਾਂ ਇਹ ਜਿਹੇ ਅਨਸਰ ਜਿਹੜੇ ਇਸ ਤਰ੍ਹਾਂ ਦੇ ਘਰਾਉਣ ਇਸ ਘਟਨਾ ਦੇ ਨਾਲ ਸੱਚਮੁੱਚ ਪੰਜਾਬ ਉਸ ਕਾਲੇ ਦੌਰ ਵਰਗਾ ਪ੍ਰਤੀਬੰਧ ਪੇਸ਼ ਕਰ ਰਿਹਾ, ਜਿਵੇਂ ਸੁਖਬੀਰ ਬਾਦਲ ਦਾ ਬਿਆਨ ਹੈ ਕਿ ਇਹ ਮੈਨੂੰ 25 ਸਾਲ ਪੁਰਾਣਾ ਮਾਹੌਲ ਯਾਦ ਆ ਗਿਆ, ਪੰਜਾਬ ਉਸ ਸਥਿਤੀ 'ਚ ਆ ਗਿਆ, ਲਾਅ ਐਂਡ ਆਰਡਰ ਖਤਮ ਹੋ ਗਿਆ ਪੰਜਾਬ 'ਚ, ਕੈਪਟਨ ਅਮਰਿੰਦਰ ਤੋਂ ਅਸਤੀਫਾ ਮੰਗਣ ਤੱਕ ਦੀਆਂ ਨੌਬਤਾਂ ਲਿਆਤੀਆਂ। ਇਹ ਤਾਂ ਵੈਸੇ ਨਾ ਪੋਲੀਟੀਕਲ ਮੋਟਿਵ ਹੈ, ਇਹਦਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਘਟਨਾ ਨੂੰ ਦੇਖਿਆ, ਕਾਲਾ ਦੌਰ ਜਿਹੜਾ ਹੈਗਾ ਉਹਨੂੰ ਤੁਸੀਂ ਦੁਬਾਰਾ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਹ ਮਾਹੌਲ ਜਿਹੜਾ ਬਣਨ ਤੋਂ ਇਹਨਾਂ ਨੂੰ ਗੁਰੇਜ਼ ਕਰਨੀ ਚਾਹੀਦੀ ਹੈ। ਸੋ ਲੋੜ ਤਾਂ ਹੈਗੀ ਹੈ ਵੀ ਇਹ ਘਟਨਾ ਕਿਉਂ ਹੋਈ, ਅੱਗੇ ਵਾਸਤੇ ਇਹਨੂੰ ਕਿਵੇਂ ਰੋਕਣਾ। ਸੋ ਇਹਦਾ ਨੋ ਡਾਊਟ ਇਟਸ ਅ ਫੇਲਰ ਆਫ ਦਾ ਸਿਸਟਮ, ਜੇ ਪੁਲਿਸ ਦੀ, ਇੰਟੈਲੀਜੈਂਸ ਦੀ ਫੇਲਰ ਹੈਗੀ ਹੈ, ਪਰ ਉਹ ਫੇਲਰ ਨੂੰ ਕਿਵੇਂ ਠੀਕ ਕਰਨਾ ਹੈਗਾ। ਹੁਣ ਤੁਸੀਂ ਇਹਦੇ 2-3 ਕਾਰਨ ਹੈਗੇ, ਦੇਖੋ ਇਹ ਪੁਲਿਸ ਜਿਹੜੀ ਹੈ ਪਿਛਲੇ ਸਮੇਂ 'ਚ ਇਹਦਾ ਇੰਨਾ ਰਾਜਨੀਤੀਕਰਨ ਹੋਇਆ, ਪੁਲਿਸ ਅਫਸਰ ਜਿਹੜੇ ਆ ਉਹ ਕਿਵੇਂ ਅਪੁਆਇੰਟ ਹੁੰਦੇ ਆ ਅਤੇ ਉਹਨਾਂ ਦਾ ਜ਼ਿਆਦਾ ਜ਼ੋਰ ਤਾਂ ਲੱਗਿਆ ਰਹਿੰਦਾ ਵੀ ਲੀਡਰਾਂ ਨੂੰ ਖੁਸ਼ ਕਿਵੇਂ ਕਰਨਾ। ਮੋਰ ਓਵਰ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਪੁਲਿਸ ਦੇ ਕੰਮਾਂ ਤੋਂ ਉਟਾ ਕੇ ਲੋਕਾਂ ਦੇ ਘਰਾਂ ਦੇ ਕੰਮਾਂ 'ਤੇ ਲਾਈ ਹੋਈ ਹੈ। ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਵੀ ਕੋਈ SP ਰਿਟਾਇਰ ਹੋਇਆ ਉਹਦੇ ਨਾਲ ਵੀ 2 ਗਨਮੈਨ ਤੁਰੇ ਫਿਰਦੇ ਆ, ਬਾਬਿਆਂ ਨਾਲ ਤੁਰੇ ਫਿਰਦੇ ਆ। ਸੋ ਜੇ ਸਾਰੀ ਪੁਲਿਸ ਆਪਣਾ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰੇ, ਇੰਟੈਲੀਜੈਂਸ ਕਰਨੀ ਹੈ ਕਰਨ, ਤਾਂ ਇਹੋ ਜਿਹੀਆਂ ਘਟਨਾਵਾਂ ਰੋਕਿਆ ਜਾ ਸਕਦਾ, ਖਤਮ ਤਾਂ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਬਹੁਤ ਸਾਰੇ ਕਾਰਨ ਐਕਸਟਰਨਲ ਟਰਨਲ ਹੈਗੇ ਆ ਜਿਹੜੇ ਇਹੋ ਜਿਹੇ ਅਨਸਰ ਵੀ ਹੈਗੇ ਆ, ਪਰ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ। ਇਹ ਕਾਲਾ ਦੌਰ ਜਿਹੜਾ ਕਹਿਣਾ ਮੇਰਾ ਖਿਆਲ ਠੀਕ ਨਹੀਂ ਹੈ, ਬਹੁਤ ਜਲਦਬਾਜ਼ੀ ਹੋਈ, ਦੁਬਾਰਾ ਆ ਹੀ ਨਹੀਂ ਸਕਦਾ ਕਾਲਾ ਦੌਰ। ਗਿੱਲ ਸਾਹਿਬ, ਸੁਖਬੀਰ ਬਾਦਲ ਨੂੰ ਇਸ ਗੱਲ ਦਾ ਗੁੱਸਾ ਤਾਂ ਨਹੀਂ ਵੀ ਮੈਂ ਓਪੋਜੀਸ਼ਨ ਦਾ ਲੀਡਰ ਨਹੀਂ ਬਣਿਆ, ਪਰ ਮੈਂ ਭੂਮਿਕਾ ਓਪੋਜੀਸ਼ਨ ਦੇ ਲੀਡਰ ਦੇ ਤੌਰ 'ਤੇ ਨਿਭਾਉਣੀ ਹੈ। ਸੁਖਬੀਰ ਬਾਦਲ ਜ਼ਿਆਦਾ ਤੱਤੇ ਹੋ ਕਾਲੇ ਹੋ ਬਿਆਨ ਦੇ ਰਹੇ, ਬੀਬੀ ਹਰਸਿਮਰਤ ਕੌਰ ਦੇ ਟਵੀਟ ਵੀ ਮੈਂ ਪੜ੍ਹੇ ਅਤੇ ਬੜੀ ਮੈਨੂੰ ਹੈਰਾਨੀ ਹੁੰਦੀ ਹੈ। ਇਹਦੇ ਪਿੱਛੇ ਕੀ ਇਹੀ ਸੋਚ ਹੈ ਅਕਾਲੀ ਦਲ ਦੀ ਕਿ ਸਾਡਾ ਮਕਸਦ ਹੈ ਸਿਰਫ ਅਸੀਂ ਕੈਪਟਨ ਅਮਰਿੰਦਰ ਅਤੇ ਕਾਂਗਰਸ ਨੂੰ ਪਿੱਛੇ ਪਾ ਦਈਏ ਅਤੇ ਅਸੀਂ ਕਹਿ ਦਈਏ, ਅਸੀਂ ਦੱਸ ਦਈਏ ਕਿ ਜੋ ਅਸੀਂ ਕਹਿੰਦੇ ਹਾਂ ਉਹੀ ਸੱਚ ਹੈ? ਦੇਖੋ ਗੱਲ ਬੜੀ ਸਿੰਪਲ ਹੈ, ਵੀ ਜਿਹੜੀ ਇਹ ਘਟਨਾ ਹੋਈ ਹੈ ਇਹ ਨਾ ਤਾਂ ਇਹਨੂੰ ਛੋਟੀ ਕਹਿ ਸਕਦੇ ਹਾਂ, ਛੋਟੀ ਨਹੀਂ ਹੈ, ਛੋਟੀ ਹੁੰਦੀ ਹੈ ਉਹ ਜਿਹੜੀ ਇੰਡੀਵਿਜੁਅਲ ਹੋਵੇ, ਘਟਨਾ ਵੱਡੀ ਹੈ। ਅੱਛਾ, ਨੰਬਰ 2 'ਤੇ ਆਪਣੇ DGP ਸਾਹਿਬ ਨੇ ਵੀ ਇਹ ਗੱਲ ਆਖੀ ਹੈ ਵੀ ਇਹ ਘਟਨਾ ਇੰਡੀਵਿਜੁਅਲ ਨਹੀਂ ਹੈ, ਇਹ ਗਰੁੱਪ ਦੇ ਉੱਤੇ ਅਟੈਕ ਹੋਇਆ, ਇਹ ਦਹਿਸ਼ਤਗਰਦੀ ਘਟਨਾ ਹੈ ਤਾਂ ਸਾਬਤ ਹੋ ਗਿਆ। ਅੱਛਾ, ਦੂਸਰੇ ਨੰਬਰ 'ਤੇ
ਇਹਨੂੰ ਨਾ ਗੱਲ ਪਤਾ ਕੀ, ਇਹਨੂੰ ਆਪਾਂ ਜੇ ਨਾ ਤਾਂ ਇਹਨੂੰ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਨੇੜਗਰਦੀ ਆ ਗਈ ਪੰਜਾਬ 'ਚ, ਨਾ ਆਪਾਂ ਇਹ ਕਰ ਸਕਦੇ ਹਾਂ ਵੀ ਇਹ ਗੱਲ ਬੜੀ ਛੋਟੀ ਆ ਜੀ. ਇਹ ਵਿੱਚ ਮੈਂ ਇਹਦੀ ਗੱਲ ਪਤਾ ਕੀ ਹੈ, ਗੱਲ ਇਹ ਸੁਖਬੀਰ ਬਾਦਲ ਕਹਿੰਦੇ ਅਮਨ ਤੇ ਕਾਨੂੰਨ ਖਤਮ ਹੈ, ਲਾ ਐਂਡ ਆਰਡਰ ਫੇਲਰ ਹੈ. ਗੱਲ ਉਹ ਕੈਪਟਨ ਅਮਰਿੰਦਰ ਸਿੰਘ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਗਏ, ਇਹ ਕਹਿਣਾ ਕਿੰਨਾ ਕੁ ਜਾਇਜ਼ ਹੈ? ਜਿਹੜੀ ਗੱਲ ਉਹ ਕਹਿ ਰਹੇ, ਗੱਲ ਇਹ ਹੈ ਵੀ ਗੱਲ ਜਦੋਂ ਵੀ ਕੋਈ ਵੱਡੀ ਗੱਲ ਘਟਨਾ ਵਾਪਰਦੀ ਆ ਜਾਂ ਹਾਲਾਤ ਵਿਗੜਦੇ ਨੇ ਕਿ ਸ਼ੁਰੂਆਤ ਤਾਂ ਕਿਸੇ ਇੱਕ ਘਟਨਾ ਤੋਂ ਹੁੰਦੀ ਹੈ. ਪਠਾਨਕੋਟ ਤੋਂ ਸ਼ੁਰੂਆਤ ਮੰਨੀ ਜਾਵੇ ਜਦੋਂ ਅਕਾਲੀ ਦਲ ਦਾ ਰਾਜ ਸੀ, ਨਹੀਂ ਪਠਾਨਕੋਟ ਤੇ ਹਮਲਾ ਹੋਇਆ ਥਾਣੇ ਤੇ, ਸਾਡੇ ਪੁਲਿਸ ਅਫਸਰ ਵੀ ਸ਼ਹੀਦ ਹੋ ਗਏ. ਇਹਦਾ ਮਤਲਬ ਸੁਖਬੀਰ ਆਪਣੇ ਰਾਜ 'ਚ ਅਜਿਹੀ ਸਥਿਤੀ ਦੇ ਗਿਆ ਪੰਜਾਬ 'ਚ. ਡੱਲਾ ਜੀ, ਡੱਲਾ ਜੀ, ਘਟਨਾਵਾਂ ਦੋ ਤਰ੍ਹਾਂ ਦੀਆਂ ਨੇ. ਇੱਕ ਘਟਨਾਵਾਂ ਨੇ ਮੌੜ ਬੰਬ ਸਪੋਟ, ਉਹ ਵੀ ਸੁਖਬੀਰ ਦੇ ਰਾਜ 'ਚ ਹੀ ਹੋਇਆ ਸੀ ਇੱਕ ਚੋਣਾਂ ਤੋਂ ਪਹਿਲਾਂ. ਇੱਕ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਦੇਸ਼ ਵਿਰੋਧੀ ਨੇ, ਇੱਕ ਘਟਨਾਵਾਂ ਨੇ ਜਿਹੜੀਆਂ ਅਮਲ ਕਾਨੂੰਨ ਦੇ ਵਿਰੋਧੀ ਹੁੰਦੀਆਂ ਨੇ ਜੀ, ਪੀਸ ਵਿਰੋਧੀ ਹੁੰਦੀਆਂ ਨੇ ਜੀ. ਜਿਹੜੀ ਉਹ ਪਠਾਨਕੋਟ ਵਾਲੀ ਹੈ ਉਹ ਕੰਟਰੀ ਲੈਵਲ ਦੀ ਗੱਲ ਆ ਜੀ. ਉਹ ਜਿਹੜੇ ਸਾਡੇ ਵਿਰੋਧੀ ਦੁਸ਼ਮਣ ਨੇ ਉਹ ਕੰਟਰੀ ਲੈਵਲ ਦੀ ਬੇਇੱਜ਼ਤੀ ਕਰਨ ਨੂੰ ਜਾਂ ਅਟੈਕ ਕਰਨ ਨੂੰ ਦੀ ਸੋਚ ਸੀ. ਜਿਹੜੀ ਇਹ ਘਟਨਾ ਹੈਗੀ ਆ, ਇਹਦੇ ਪਿੱਛੇ ਵੀ ਵਿਦੇਸ਼ੀ ਹੱਥ ਨਿਕਲੇ, ਇਹਦੇ ਪਿੱਛੇ ਸਾਰੀਆਂ ਏਜੰਸੀਆਂ ਕਿਤੇ ਯੂਏਈ ਤੱਕ ਕਿਤੇ ਕਾਰ ਜੋੜ ਰਹੇ ਨੇ, ਹੱਥ ਇਹਦਾ ਕਿਸੇ ਦਾ ਵੀ ਹੋਵੇ, ਲੇਕਿਨ ਉਸ ਬੰਦੇ ਦਾ ਆਬਜੈਕਟ ਜਿਹਨਾਂ ਨੇ ਇਹ ਕੰਮ ਕੀਤਾ, ਆਬਜੈਕਟ ਕੀ ਆ ਉਹਨਾਂ ਦਾ? ਆਬਜੈਕਟ ਹੈਗਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ. ਪਰ ਇੱਕ ਗੱਲ ਹੋਰ ਹੈ, ਜਦੋਂ ਕੋਈ ਗੱਲ ਸ਼ੁਰੂਆਤ ਹੁੰਦੀ ਹੈ ਉਸ ਦਿਨ ਤਾਂ ਉਹ ਛੋਟੀ ਹੁੰਦੀ ਹੈ, 13 ਅਪ੍ਰੈਲ 78 ਨੂੰ ਵੀ ਛੋਟੀ ਹੋਈ ਲੱਗਦੀ ਸੀ ਜੀ, ਪਰ ਕਈ ਵਾਰ ਉਹਦੇ ਕੌਨਸੀਕੁਐਂਸਿਸ ਵੱਧਦੇ 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 ਕਿੱਥੇ ਚਲੇ ਗਏ ਜੀ. ਉਹ 78 ਤੋਂ 84 ਕੀ ਜਿਹੜੀ ਹੁਣ ਤੁਸੀਂ ਗੱਲ ਕੀਤੀ, ਅਸੀਂ ਉਹੋ ਜਿਹੀਆਂ ਗਲਤੀਆਂ ਦੁਬਾਰਾ ਤਾਂ ਨਹੀਂ ਕਰ ਰਹੇ? ਮਿਲ ਬੈਠ ਕੇ ਗੱਲ ਸੁਲਝਾਉਣ ਦੀ ਬਜਾਏ ਜਿਵੇਂ ਅਸੀਂ ਬਰਗਾੜੀ ਵਿਗਾੜ ਲਿਆ, ਕੀ ਅਸੀਂ ਇਹਨਾਂ ਹਾਲਾਤਾਂ ਨੂੰ ਪੋਲੀਟੀਕਲ ਲੀਡਰਸ਼ਿਪ ਵਿਗਾੜਨ ਵਾਲੇ ਪਾਸੇ ਤਾਂ ਨਹੀਂ? ਜਿਹੜੀ ਗੱਲ ਲੋਕ ਨਹੀਂ ਵਿਗਾੜਦੇ, ਮੇਰਾ ਸਿੱਧਾ ਜਿਹੜਾ ਨਿਸ਼ਾਨਾ ਹੈ ਉਹ ਪੋਲੀਟੀਕਲ ਲੀਡਰਸ਼ਿਪ ਹੈ. ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਬਰਗਾੜੀ ਵਰਗੀਆਂ ਘਟਨਾਵਾਂ ਜਿੱਧਰ ਦੇ ਕਾਂਗਰਸ ਵਾਲੇ ਆਏ ਨੇ ਉਸ ਤੋਂ ਬਾਅਦ 70 ਤੋਂ ਵੱਧ ਹੋ ਚੁੱਕੀਆਂ ਨੇ. ਇੱਕ ਬਰਗਾੜੀ ਨੂੰ ਕਿਉਂ ਚੱਕਿਆ ਜਾ ਰਿਹਾ? ਕੀ ਇਹਨੂੰ ਆਪਾਂ ਇਹ ਨਾ ਕਹੀਏ? ਮੈਂ ਸਿੱਧਾ ਬਰਗਾੜੀ ਦੀ ਘਟਨਾ ਤੇ ਨਹੀਂ ਆਉਂਦਾ, ਮੈਂ ਸੁਖਬੀਰ ਬਾਦਲ ਦੇ ਬਿਆਨ ਤੇ ਆਉਂਦਾ. ਮੈਂ ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ, ਜਿਹੜਾ ਜਿਹੜਾ ਵਿਅਕਤੀ ਅੱਜ ਸੁਣੇਗਾ ਉਹ ਸਮਝ ਆਏਗਾ ਕਿ ਸੁਖਬੀਰ ਬਾਦਲ ਦਾ ਇਹਨਾਂ ਬਿਆਨਾਂ ਦੇ ਪਿੱਛੇ ਮਕਸਦ ਕੀ ਹੈ. ਜਿੱਥੋਂ ਤੱਕ ਸੁਖਬੀਰ, ਮੈਂ ਵਾਪਸ ਆਉਣਾ ਕਰਨਲ ਸਾਹਿਬ, ਜਿਹੜੀ ਇਹ ਘਟਨਾ ਵਾਪਰੀ ਸੱਚਮੁੱਚ ਮਨ ਭਾਗੀ ਹੈ. ਬਿਲਕੁਲ. ਇਸ ਘਟਨਾ ਤੋਂ ਬਾਅਦ ਕਿੱਦਾਂ ਦਾ ਸਬਕ ਸਟੇਟ ਨੂੰ ਲੈਣਾ ਚਾਹੀਦਾ ਤਾਂ ਕਿ ਅਸੀਂ ਰੋਕੀਏ ਇਹਨਾਂ ਘਟਨਾਵਾਂ ਨੂੰ ਵਧਣਾ ਦੇਈਏ? ਔਰ ਸਲਾਹ, ਕਿਉਂਕਿ ਤੁਸੀਂ ਫੌਜ 'ਚ ਰਹੇ ਹੋ, ਜਦੋਂ ਤੁਸੀਂ ਫੌਜ 'ਚ ਹੁੰਦੇ ਹੋ ਅਤੇ ਅਜਿਹੀ ਘਟਨਾ ਹੋਣ ਤੋਂ ਬਾਅਦ ਨਿਸ਼ਚਿਤ ਤੌਰ 'ਤੇ ਤੁਸੀਂ ਜੰਮੂ ਕਸ਼ਮੀਰ 'ਚ ਲੰਮਾ ਸਮਾਂ ਰਹੇ ਹੋ, ਅਤੇ ਜਿਹੜਾ ਉੱਥੋਂ ਦਾ ਪੋਲੀਟੀਕਲ ਸਿਸਟਮ ਹੈ, ਪੋਲੀਟੀਕਲ ਢਾਂਚਾ ਹੈ, ਜਦੋਂ ਉਹ ਊਲ ਜਲੂਲ ਬਿਆਨ ਦਿੰਦਾ ਹੈ, ਬਿਲਕੁਲ, ਉਦੋਂ ਮਨੋਬਲ 'ਤੇ ਸੱਟ ਲੱਗਦੀ ਹੈ? ਅਤੇ ਹੁਣ ਕਿੱਦਾਂ ਦੀ ਸਥਿਤੀ ਹੋਣੀ ਹੈ ਸਾਡੀਆਂ ਪੁਲਿਸ ਫੋਰਸਿਸ ਦੀ ਔਰ ਸਾਡੀ ਆਰਮੀ ਦੀ ਪੰਜਾਬ 'ਚ? ਬਿਲਕੁਲ ਸਹੀ ਗੱਲ ਹੈ ਜੀ, ਲੰਬੇ ਸਮੇਂ ਤੱਕ ਜੇ ਐਂਡ ਕੇ 'ਚ ਰਿਹਾ, ਕਈ ਜੋ ਕੋਡਨ ਐਂਡ ਸਰਚ ਓਪਰੇਸ਼ਨ ਕੀਤੇ ਨੇ, ਜ਼ਿਆਦਾਤਰ ਸਮਾਂ ਜੋ ਹੈ ਬੰਬ ਡਿਸਪੋਜ਼ਲ ਯੂਨਿਟ 'ਚ ਗੁਜ਼ਾਰਿਆ, ਅਤੇ ਪੋਸਟ ਬਲਾਸਟ ਇਨਵੈਸਟੀਗੇਸ਼ਨ ਕੀਤੀਆਂ ਨੇ ਜਿੱਥੇ ਕੋਈ ਬਲਾਸਟ ਹੋਏ ਨੇ ਉੱਥੋਂ ਕਲਿਊ ਲੱਭੇ ਨੇ, ਸਰਚ ਕੀਤੀ ਹੈ ਅਤੇ ਉਹਨੂੰ ਦੁਬਾਰਾ ਰੀਕ੍ਰੀਏਟ ਕਰਕੇ ਐਵੀਡੈਂਸ ਨੂੰ ਅਸੀਂ ਮੁੱਦੇ ਤੱਕ ਪਹੁੰਚੇ ਹਾਂ ਵੀ ਇਹਦਾ ਅਸਲ ਕਾਰਨ ਸੀ ਔਰ ਜਾਂ ਕਿਸ ਤਰ੍ਹਾਂ ਦੀ ਡਿਵਾਈਸ ਯੂਜ਼ ਕੀਤੀ ਗਈ, ਇੱਥੇ ਵੀ ਉਹ ਚੀਜ਼ ਲੱਭ ਜਾਏਗੀ. ਔਰ ਜੇ ਆਪਾਂ ਟੈਰਰਿਜ਼ਮ ਦੇ ਐਂਗਲ ਤੋਂ ਦੇਖੀਏ ਜਾਂ ਇੰਸਰਜੈਂਸੀ ਦੇ ਐਂਗਲ ਤੋਂ ਦੇਖੀਏ, ਜਿਹੜਾ ਗ੍ਰਨੇਡ ਸੁੱਟਣਾ ਹੁੰਦਾ ਨਾ, ਇੱਕ ਬਹੁਤ ਛੋਟਾ ਐਕਸ਼ਨ ਹੈ ਜੋ ਸਭ ਤੋਂ ਈਜ਼ੀ ਐਕਸ਼ਨ ਟੈਰਰਿਸਟ ਕਰਦੇ ਨੇ, ਕਿਉਂਕਿ ਇਹਦੇ 'ਚ ਸਿੱਟ ਕੇ ਭੱਜ ਜਾਣਾ, ਪਰ ਜਿੰਨਾ ਚਿਰ ਉਹਦੇ ਕੋਲ ਹੱਥ ਗ੍ਰਨੇਡ ਹੈ ਜਾਂ ਉਹਨੂੰ ਸਿੱਟਦਾ ਦੇਖਿਆ ਕਿਸੇ ਨੇ ਉਹ ਟੈਰਰਿਸਟ ਹੈ, ਪਰ ਜਦੋਂ ਸਿੱਟ ਕੇ ਚਾਹੇ ਉਹ ਪਬਲਿਕ 'ਚ ਹੀ ਖੜ੍ਹਾ ਹੋ ਜਾਵੇ ਉਹ ਇਨੋਸੈਂਟ ਹੈ.
ਕਿਉਂਕਿ ਉਹਦੇ ਕੋਲ ਨਾ ਉਸਦਾ ਕੋਈ ਸਬੂਤ ਹੈ ਅਤੇ ਨਾ ਉਹਦਾ ਕੋਈ ਵੀ ਪਰੂਫ ਹੈ। ਇਹ ਚੀਜ਼ ਜੇ ਐਂਡ ਕੇ 'ਚ ਵੀ ਹੁੰਦੀ ਦੇਖੀ ਅਸੀਂ, ਕੌਨਵਾਈਆਂ 'ਤੇ ਗ੍ਰਨੇਡ ਸਿੱਟੇ ਜਾਂਦੇ ਨੇ, ਬੰਦਾ ਆਰਾਮ ਨਾਲ ਖੜ੍ਹ ਜਾਂਦਾ, ਉਸ ਤੋਂ ਬਾਅਦ ਜੇ ਫੌਜ ਰਿਟੈਲੀਏਟ ਕਰਦੀ ਹੈ। ਹਾਂਜੀ, ਸਿੱਟਿਆ ਗਿਆ ਸੀ, ਬਿਲਕੁਲ ਅਨਫੋਰਚੁਨੇਟਲੀ ਉਹ ਚੱਲਿਆ ਨਹੀਂ, ਅਤੇ ਚੰਗੀ ਗੱਲ ਹੈ। ਪਰ ਉਹਨਾਂ ਵਾਸਤੇ ਜੋ ਵੀ ਹੈ, ਅਤੇ ਦੂਜਾ ਇੱਥੇ ਜੋ ਹੈ ਪੰਜਾਬ 'ਚ, ਦੇਖੋ ਇੱਥੇ ਜੋ ਅੱਤਵਾਦ ਨੂੰ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ, ਲਗਾਤਾਰ ਚੱਲ ਰਹੀਆਂ ਨੇ, ਚੱਲਦੀਆਂ ਰਹਿਣਗੀਆਂ, ਕਿਉਂਕਿ ਇੱਕ ਜਿਹੜੀ ਮਾਰਸ਼ਲ ਕੌਮ ਹੈ ਉਸ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਰਿਵਾਈਵ ਹੋਵੇ। ਪਰ ਹੁਣ ਪੰਜਾਬ ਦੇ ਲੋਕਾਂ ਨੇ ਦੇਖਿਆ ਇਹਦਾ ਰਿਵਾਈਵ ਹੋਣਾ ਤਾਂ ਮੁਸ਼ਕਲ ਹੈ, ਪਰ ਛਿਟਪੁੱਟ ਘਟਨਾ ਜਿਹੜੀਆਂ ਇੱਦਾਂ ਦੀਆਂ ਨੇ ਜ਼ਰੂਰ ਹੋਣਗੀਆਂ। ਇਨਪੁੱਟ ਹੈਗੇ ਸੀ, ਪੰਜਾਬ ਪੁਲਿਸ ਕੋਲ ਇਨਪੁੱਟ ਸੀ, ਗੌਰਮੈਂਟ ਕੋਲ ਇਨਪੁੱਟ ਸੀ ਵੀ ਕੁਛ ਨਾ ਕੁਛ ਇੱਥੋਂ ਹੋਏਗਾ, ਕੋਈ ਜੇ ਐਂਡ ਕੇ ਐਂਗਲ ਹੈ ਇਹਦੇ 'ਚ, ਦੇਖੇ ਗਏ ਨੇ ਬੰਦੇ, ਔਰ ਉਸ ਦੇ ਮੁਤਾਬਕ ਸਰਚਾਂ ਵੀ ਜਾਰੀ ਸੀ, ਉਹ ਵੀ ਜਾਰੀ ਸੀ। ਗੱਲ ਉਹਨਾਂ ਪੋਲੀਟੀਕਲ ਸਿਸਟਮ 'ਤੇ, ਜਦੋਂ ਅਲਰਟ ਜਾਰੀ ਹੈ ਤਾਂ ਅਲਰਟ 'ਚ ਪੁਲਿਸ ਕੀ ਕਰੂਗੀ, ਗੱਡੀਆਂ ਰੋਕ ਕੇ ਚੈਕਿੰਗ ਕਰੂਗੀ ਨਾ। ਪਰ ਜੇ ਚੈਕਿੰਗ ਕਰਦੀ ਹੈ, ਇੱਕ MLA ਕਹਿੰਦਾ ਤੁਸੀਂ ਸਾਡਾ ਬੰਦਾ, ਇਹਨੂੰ ਰੋਕਣਾ ਨਹੀਂ, ਇਹਦੀ ਚੈਕਿੰਗ ਨਹੀਂ ਕਰਨੀ, ਇਹਦੇ ਪੇਪਰ ਵੀ ਨਹੀਂ ਦੇਖਣੇ, ਜਦੋਂ ਪੋਲੀਟੀਕਲ ਸਿਸਟਮ ਇਸ ਲੈਵਲ ਤੱਕ ਜਾ ਚੁੱਕਿਆ ਹੈ ਤਾਂ ਆਪਾਂ ਫਿਰ ਪੁਲਿਸ ਨੂੰ ਕਿੱਦਾਂ ਦੋਸ਼ ਦੇਈਏ? ਜੀ ਠੀਕ ਹੈ, ਹੋ ਸਕਦਾ ਘਟਨਾ ਇਦੋਂ ਵੱਡੀ ਵੀ ਹੋ ਸਕਦੀ ਹੋਵੇ, ਪੁਲਿਸ ਦੀ ਅਲਰਟਨੈਸ ਕਰਕੇ ਨਾ ਹੋਈ ਹੋਵੇ, ਔਰ ਉਹਨਾਂ ਨੇ ਫਿਰ ਇੱਕ ਆਈਸੋਲੇਟਡ ਬਾਹਰ ਸ਼ਹਿਰ ਤੋਂ ਦੇਖਿਆ ਵੀ ਇਹ ਇੱਕ ਧਾਰਮਿਕ ਸਥਾਨ ਹੈ। ਤੁਸੀਂ ਬਹੁਤ ਅਹਿਮ ਪੁਆਇੰਟ ਦੱਸਿਆ। ਹਾਂ, ਇਹਦਾ ਮਤਲਬ ਇਹ, ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਪੁਲਿਸ ਤੇ ਫੌਜ ਦੀ ਮੁਸਤੈਦੀ ਕਰਕੇ ਜਿਹੜੀਆਂ ਘਟਨਾਵਾਂ ਨਹੀਂ ਹੋ ਪਾ ਰਹੀਆਂ ਉਹ ਮਨਸੂਬੇ ਬਣਾਉਂਦੇ ਹੋਣਗੇ, ਬਿਲਕੁਲ ਉਹ ਸਾਡੇ ਜ਼ਿਹਨ 'ਚ ਹੈ ਨਹੀਂ, ਬਿਲਕੁਲ ਆਪਾਂ, ਕਿਉਂਕਿ ਉਹ ਘਟਨਾ ਹੋਈ ਨਹੀਂ ਜੀ, ਤੇ ਉਹ ਕਿੰਨੇ ਕੁ ਵਿਚਾਰੇ ਦਿਨ ਰਾਤ, ਜਿਹੜਾ ਸਿਆਸੀ ਮਾਹੌਲ ਬਣਦਾ ਹੈ ਦੂਸ਼ਣਬਾਜ਼ੀ ਦਾ, ਇਸ ਵੇਲੇ ਜ਼ਰੂਰਤ ਇਹ ਸੀ ਕਿ ਕੈਪਟਨ ਅਮਰਿੰਦਰ ਹੋ ਗਏ ਪੰਜਾਬ ਦੇ ਗ੍ਰਹਿ ਮੰਤਰੀ ਨੇ, ਪੰਜਾਬ ਦੇ ਗ੍ਰਹਿ ਸਕੱਤਰ ਹੋ ਗਏ, ਇੰਟੈਲੀਜੈਂਸ ਚੀਫ ਹੋ ਗਏ, ਇਹ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਮਦਦ ਦਿੱਤੀ ਜਾਵੇ, ਇਨਪੁੱਟ ਦਿੱਤੀ ਜਾਵੇ। ਪਰ ਸਾਡੇ ਪੋਲੀਟੀਕਲ ਭਾਵੇਂ ਸਰਕਾਰ ਦੇ ਨੇ, ਸਾਡੇ ਸਰਕਾਰ ਦੇ ਮੰਤਰੀ ਦਾ ਵੀ ਬਿਆਨ ਆ ਗਿਆ ਪੰਜਾਬ ਵਾਲੇ ਦਾ, ਪੰਜਾਬ ਤੇ ਕੇਂਦਰ ਦੀਆਂ ਇੰਟੈਲੀਜੈਂਸੀਆਂ ਨੇ ਜਿਹੜੀਆਂ ਫੇਲ ਹੋਈਆਂ, ਇਹ ਬਿਆਨ ਕਿੰਨਾ ਕੁ ਨੁਕਸਾਨ ਦਿੰਦੇ ਨੇ ਕੰਟਰੋਲ ਕਰਨ ਦੀ ਦਿਸ਼ਾ ਦੇ ਵਿੱਚ, ਮਨੋਬਲ ਕਿਵੇਂ ਦੇਖਦੇ ਨੇ ਪੋਲੀਟੀਕਲ ਲੋਕ? ਦੇਖੋ ਜੀ, ਇੱਕ ਬੰਦਾ ਜੋ ਗੇਟ 'ਤੇ ਵੀ ਸੈਂਟਰੀ ਵੀ ਤੁਸੀਂ ਲਾ ਲਓ, ਸਿਕਿਉਰਿਟੀ ਗਾਰਡ ਵੀ ਲਾ ਲਓ, ਉਹ 364 ਦਿਨ ਅਲਰਟ ਰਹਿੰਦਾ, ਇੱਕ ਦਿਨ ਕੋਈ ਬੰਦਾ ਉਹਦੇ ਕੋਲ ਦੀ ਲੰਘ ਗਿਆ 365 ਦਿਨ, ਉਦੋਂ ਉਹਦਾ 365 ਦਿਨ ਦਾ ਫੇਲੀਅਰ ਕਰ ਦਿੰਦੇ ਤੁਸੀਂ। ਉਹ ਬੰਦੇ ਕੰਮ ਕਰ ਰਹੇ ਨੇ, ਸਾਡੀ ਸੁਰੱਖਿਆ ਕਰ ਰਹੇ ਨੇ, ਔਰ ਪੋਲੀਟੀਕਲ 'ਚ ਤਾਂ ਹੁਣ ਇਹ ਹੋ ਗਿਆ ਵੀ ਸਭ ਤੋਂ ਪਹਿਲਾਂ ਟਵੀਟ ਕਿਹਨੇ ਕੀਤਾ, ਸਭ ਤੋਂ ਪਹਿਲਾਂ ਫੇਸਬੁੱਕ 'ਤੇ ਅਪਡੇਟ ਕਿਹਨੇ ਦਿੱਤਾ, ਦਿਨੇ ਅਪਡੇਟ ਦਿੱਤਾ, ਰਾਤ ਨੂੰ ਅਮੈਂਡ ਕਰਤਾ ਵੀ ਜਾਂ ਮੈਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਏ ਕੀਤਾ, ਇਹ ਪੋਲੀਟੀਸ਼ੀਅਨਾਂ ਦੀ ਪੁਰਾਣੀ ਆਦਤ ਹੈ ਵੀ ਪਹਿਲਾਂ ਕੁਛ ਕਹਿ ਜਾਣਾ, ਜੇ ਉਹ ਚੱਲ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹ ਤੋੜ ਮਰੋੜ ਕੇ ਪੇਸ਼ ਹੋ ਗਿਆ। ਪਰ ਹੁਣ ਚੀਜ਼ਾਂ ਹੌਲੀ ਹੌਲੀ ਲੋਕ ਸਮਝਣ ਲੱਗ ਗਏ ਨੇ, ਇਹ 2-4 ਦਿਨ ਲੀਡਰ ਰੌਲਾ ਪਾ ਲੈਣਗੇ, ਇਹਦਾ ਕੋਈ ਅਸਰ ਨਹੀਂ ਹੈ। ਇੱਕ ਛੋਟੀ ਘਟਨਾ, ਇੱਕ ਅੱਤਵਾਦ ਰਿਲੇਟਡ ਘਟਨਾ ਹੈ, ਕੋਈ ਐਡਾ ਨਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਇਆ, ਨਾ ਆਪਾਂ ਇਹਨੂੰ ਇਤਿਹਾਸ ਨਾਲ ਜੋੜੀਏ ਜੀ, 78 ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਬੇਸ਼ੱਕ ਹੋ ਸਕਦਾ ਇੱਕ ਜੋ ਜਿੱਥੇ ਹੋਇਆ ਉਹ ਤਬਕਾ ਉਹਦੇ ਨਾਲ ਰਿਲੇਟਡ ਸੀ, ਪਰ ਉੱਥੇ ਦੋ ਧਿਰਾਂ ਸੀ, ਇੱਥੇ ਕੋਈ ਦੋ ਧਿਰਾਂ ਨਹੀਂ ਹੈ, ਆਪਾਂ ਉਸਨੂੰ ਇੰਨਾ 78 ਨਾਲ ਨਹੀਂ ਲਿੰਕ ਹੈ। ਔਜਲਾ ਸਾਹਿਬ, ਔਜਲਾ ਸਾਹਿਬ, ਜੋ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਪੰਜਾਬ ਦੇ ਵਿੱਚ, ਇਹਦਾ ਸਿੱਧਾ ਅਸਰ ਤੁਸੀਂ ਕੀ ਦੇਖਦੇ ਹੋ? ਇਹਦਾ ਸਿੱਧਾ ਅਸਰ ਵੈਸੇ ਪੁਲਿਸ 'ਤੇ ਤਾਂ ਹੋਊਗਾ ਜੀ, ਡੀਮੋਰਲਾਈਜ਼ ਹੋ ਗਈ ਪੁਲਿਸ, ਅਦਰਵਾਈਜ਼ ਲੋਕ ਜਿਹੜੇ ਆ ਨਾ ਹੁਣ ਇਹ ਪੋਲੀਟੀਸ਼ੀਅਨਾਂ ਨੂੰ ਬਹੁਤ ਭੁਲੇਖਾ ਵੀ ਅਸੀਂ ਜਿਹੜਾ ਉਹ ਕਹਿ ਦਿੰਦੇ ਹਾਂ ਅਤੇ ਉਹ ਲੋਕ ਮੰਨੀ ਜਾਂਦੇ ਜੀ, ਲੋਕ ਮੰਨਦੇ ਨਹੀਂ, ਇਸ ਕਰਕੇ ਇਹਦਾ ਕੋਈ ਉਸ ਕਿਸਮ ਦਾ ਅਸਰ ਨਹੀਂ ਹੈ। ਪਰ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਕੋਈ ਨਿਰਦੋਸ਼ ਬੰਦੇ ਮਰਦੇ ਆ ਤਾਂ ਉਹ ਸਮਾਜ ਨੂੰ ਦੁੱਖ ਹੋਣਾ ਚਾਹੀਦਾ, ਉਹ ਹੋ ਵੀ ਰਿਹਾ। ਅਸੀਂ ਆਦਰਸ਼ ਵਿਧਾਨ ਸਭਾ ਲੱਭਦੇ ਹਾਂ ਹਮੇਸ਼ਾ ਕਿ ਸਾਡੀ ਆਦਰਸ਼ ਪਾਰਲੀਮੈਂਟ ਹੋਵੇ, ਆਦਰਸ਼ ਵਿਧਾਨ ਸਭਾ ਹੋਵੇ, ਜਿਵੇਂ ਅਸੀਂ ਸਕੂਲਾਂ 'ਚ ਪੜ੍ਹਾਉਂਦੇ ਹਾਂ। ਛੋਟੇ ਛੋਟੇ ਬੱਚੇ ਅੱਜ ਵੀ ਫੌਜ ਦੇ ਮੁਲਾਜ਼ਮਾਂ ਨੂੰ ਸਲਿਊਟ ਮਾਰਦੇ ਨੇ, ਪੁਲਿਸ ਮੁਲਾਜ਼ਮਾਂ ਨੂੰ ਸਲਿਊਟ ਮਾਰਦੇ ਨੇ,
ਪੜਾਉਣਿਆਂ ਸੀ ਉੱਥੇ ਬੜੇ ਆਦਰਸ਼ ਤਰੀਕੇ ਨਾਲ ਸਾਡੀ ਵਿਧਾਨ ਸਭਾ 'ਚ ਕਾਨੂੰਨ ਬਣਦੇ ਨੇ, ਇਸ ਤਰੀਕੇ ਨਾਲ ਪਾਰਲੀਮੈਂਟ ਤੱਕ ਦੇਸ਼ ਦੀ ਰੱਖਿਆ ਦੀ ਗੱਲ ਹੁੰਦੀ ਹੈ, ਜੋ ਕੁਝ ਸਾਡੇ ਪੋਲੀਟੀਕਲ ਲੀਡਰਸ਼ਿਪ ਦੇ ਬਿਆਨ ਨੇ। ਨਹੀਂ ਨਹੀਂ ਪਤਾ ਕੀ ਹੈ, ਇਹ ਜਿਹੜਾ ਕੁਛ ਥਰੈਟੀਕਲ ਤੇ ਪ੍ਰੈਕਟੀਕਲ ਦੋ ਬੱਕਰੀਆਂ ਜੀ, ਥਰੈਟੀਕਲ ਜਿਵੇਂ ਤੁਸੀਂ ਕਹਿੰਦੇ ਠੀਕ ਆ ਜੀ, ਪਰ ਪ੍ਰੈਕਟੀਕਲ ਹੁੰਦਾ ਨਹੀਂ ਜੀ। ਕਾਨੂੰਨ ਵੀ ਜਿਹੜੇ ਬਣਦੇ ਆ ਉਹ ਮੈਂਬਰਾਂ ਨੂੰ ਪਤਾ ਹੀ ਨਹੀਂ ਹੁੰਦਾ ਜੀ, ਵੀ ਜਦੋਂ ਕਿਤੇ ਬਹਿੰਦੇ ਆ ਉਹਨਾਂ ਨੂੰ ਉੱਥੇ ਡਿਸਟ੍ਰੀਬਿਊਟ ਕਰ ਦਿੰਦੇ ਆ, ਅਤੇ ਉਧਰੋਂ ਕਹਿੰਦੇ ਜੀ ਪੇਸ਼ ਹੋ ਗਿਆ ਅਤੇ ਹੁਣ ਜੀ ਇਹਨੂੰ ਪਾਸ ਕਰ ਦਿਉ, ਇੰਨਾ ਕੰਮ ਹੀ ਹੁੰਦਾ ਜੀ। ਬਹੁਤ ਇੰਪੋਰਟੈਂਟ ਕਰਨਾ ਵੀ ਜਿਹੜੀਆਂ ਬਾਹੂ ਬਣਾ ਕੇ ਜਿਹੜਾ ਭੇਜਦੇ ਕਾਨੂੰਨ ਬਣ ਜਾਂਦਾ। ਜੇ ਜੇ ਅਸੀਂ ਸਾਡੇ ਲੀਡਰਾਂ ਨੂੰ ਆਦਰਸ਼ ਮੰਨ ਲਈਏ, ਕਿਉਂਕਿ ਸਾਰੇ ਲੀਡਰ ਕਹਿੰਦੇ ਸਾਡੇ ਤੋਂ ਵੱਡਾ ਆਦਰਸ਼ਵਾਦੀ ਕੋਈ ਨਹੀਂ, ਇਹਨਾਂ ਦੇ ਬਿਆਨਾਂ ਤੋਂ ਇੰਝ ਹੀ ਲੱਗਦਾ, ਇਹ ਆਪਣੇ ਮੂੰਹ ਭਾਵੇਂ ਨਹੀਂ ਕਹਿੰਦੇ, ਹੁਣ ਇਹ ਸਾਰੇ ਸਾਡੇ ਆਦਰਸ਼ਵਾਦੀ ਲੀਡਰਾਂ ਨੂੰ ਕਰਨਾ ਕੀ ਚਾਹੀਦਾ ਸੀ ਇਸ ਘਟਨਾ ਤੋਂ ਬਾਅਦ? ਨਹੀਂ ਇਹਨਾਂ ਨੂੰ ਦੇਖੋ, ਇਹ ਘਟਨਾ ਤਾਂ ਬਹੁਤ ਅਨਫੋਰਚੁਨੇਟ ਹੈ ਜੀ, ਇੱਕ ਨਿਰਦੋਸ਼ ਬੰਦੇ ਦਾ ਇੰਨੇ ਮਰ ਜਾਣੇ ਜਾਂ ਇਹ ਇਸ ਤਰ੍ਹਾਂ ਦਾ ਹੋਣਾ, ਇਹਦੇ ਚਾਹੀਦਾ ਇਹ ਸੀਗਾ ਵੀ ਸਾਰੇ ਜਾਣੇ ਸਰਕਾਰ ਦੀ ਜਾਂ ਪੁਲਿਸ ਸਿਕਿਉਰਿਟੀ ਫੋਰਸਿਸ ਦੀ ਕੋਆਪਰੇਟ ਕਰਨ ਦੀ ਗੱਲ ਕਰਦੇ ਜੀ, ਮਦਦ ਕਰਨ ਦੀ ਗੱਲ ਕਰਦੇ, ਅਤੇ ਇਹ ਐਵੇਂ ਬਾਕੀ ਲੋਕਾਂ ਨੂੰ ਅਪੀਲ ਕਰਦੇ ਵੀ ਭਾਈ ਘਬਰਾਉਣ ਦੀ ਲੋੜ ਨਹੀਂ ਹੈ, ਇਹ ਇੱਕ ਟੈਂਪਰੇਰੀ ਜਿਹਾ ਕੰਮ ਹੈ ਜਿਹੜਾ, ਇਸ ਕਰਕੇ ਆਪਾਂ ਸਾਰੇ ਅਲਰਟ ਹੋਈਏ ਜੀ, ਜਿੱਥੇ ਵੀ ਕਿਤੇ ਕਿਤੇ ਹੋਰ ਨਾ ਹੋਏ, ਜੇ ਕੋਈ ਇਸ ਤਰ੍ਹਾਂ ਦਾ ਕਾਂਸਰ ਦਿਸਦਾ ਹੈਗਾ ਉਹਨੂੰ ਤੁਸੀਂ ਪੁਲਿਸ ਨੂੰ ਦੱਸੋ ਅਤੇ ਉਹ ਪਤਾ ਲੱਗ ਜਾਵੇ। ਸੋ ਇਸ ਤਰ੍ਹਾਂ ਇਹੋ ਜਿਹੇ ਮਾਹੌਲ ਵਿੱਚ ਤਾਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ, ਅਸੀਂ ਤਾਂ ਐਵੇਂ ਰੌਲਾ ਪਾ ਕੇ ਦੱਸਦੇ ਆਹ ਇਹਨੇ ਕਰਤਾ ਜੀ ਉਹਨੇ ਕਰਤਾ, ਸੋ ਇਹ ਬੜੀ ਮੈਂ ਕਹਿੰਦਾ ਵੀ ਬਹੁਤ ਨਿਘਾਰ ਵਾਲਾ ਹਾਲਾਤ ਆ ਸਾਡੇ ਪੋਲੀਟੀਕਲ ਸਿਸਟਮ ਦਾ, ਲੋਕ ਅਜੇ ਵੀ ਮੈਂ ਸਮਝਦਾ ਸਿਆਣੇ ਹੈ ਜਿਹੜੇ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦੇ, ਜਿਹੜੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ। ਬਿਲਕੁਲ, ਪੋਲੀਟੀਕਲ ਸਿਸਟਮ ਨੂੰ ਬਹੁਤ ਸਾਫ਼ ਗੋਈ ਨਾਲ ਬਿਆਨ ਦੇਣ ਦੀ ਜ਼ਰੂਰਤ ਹੈ, ਬਹੁਤ ਸੋਚ ਸਮਝ ਕੇ, ਔਰ ਲਗਭਗ ਸਾਰੀਆਂ ਧਿਰਾਂ, ਔਰ ਮੈਂ ਅੱਛਾ ਸੂਲਕਾ ਉਹਨਾਂ ਦੀ ਗੱਲ ਵੀ ਕਰੂੰਗਾ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਪਹਿਲਾਂ ਫੌਜ ਮੁਖੀ ਦੇ ਸੰਬੰਧ ਦੇ ਵਿੱਚ, ਵਿਪਨ ਰਾਵਤ ਸਾਹਿਬ ਦੇ ਸੰਬੰਧ ਦੇ ਵਿੱਚ, ਫੂਲਕਾ ਸਾਹਿਬ ਨੇ ਬਾਅਦ ਦੇ ਵਿੱਚ ਸ਼ਾਮ ਨੂੰ ਟਵੀਟ ਕੀਤਾ, ਸ਼ਾਇਦ ਉਹ ਮਹਿਸੂਸ ਕਰ ਗਏ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਕਹਿਣਾ ਚਾਹੀਦਾ ਸੀ, ਔਰ ਅਸੀਂ ਇਹਦਾ ਸਵਾਗਤ ਵੀ ਕਰਦੇ ਹਾਂ, ਪਰ ਇਸ ਦੇ ਬਾਵਜੂਦ ਵੀ ਜਿਹੜਾ ਬਿਆਨ ਦਿੱਤਾ ਫੂਲਕਾ ਸਾਹਿਬ ਦਾ, ਉਸ ਤੋਂ ਬਾਅਦ ਕਾਂਗਰਸ ਵੱਲੋਂ ਕੰਪਲੇਂਟ ਕਰ ਦਿੱਤੀ ਗਈ ਹੈ ਥਾਣੇ 'ਚ ਕਿ ਫੂਲਕਾ ਸਾਹਿਬ 'ਤੇ ਦੇਸ਼ ਦਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਹ ਤਾਂ ਜੀ ਐਵੇਂ ਪਬਲਿਸਿਟੀ ਦੇ ਸਟੰਟ ਹੁੰਦੇ ਜੀ, ਪਹਿਲੀ ਗੱਲ ਤਾਂ ਹੈਗਾ ਵੀ ਫੌਜ ਦੇ ਮੁਖੀ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ, ਚਲੋ ਉਹਨੇ ਜੇ ਦੇ ਵੀ ਦਿੱਤਾ ਉਹਨੂੰ ਇਸ ਘਟਨਾ ਨਾਲ ਨਹੀਂ ਜੋੜ ਕੇ ਦੇਖਣਾ, ਨਹੀਂ ਜੋੜ ਕੇ ਦੇਖਣਾ। ਸੋ ਉਹ ਜਿਹੜਾ ਫੂਲਕਾ ਸਾਹਿਬ ਨੇ ਕੀਤਾ ਉਹ ਵੀ ਇੱਕ ਸਟੰਟ ਹੀ ਹੈ, ਅਤੇ ਜਿਹੜਾ ਰਾਜ ਕੁਮਾਰ ਨੇ ਕੀਤਾ ਉਹ ਵੀ ਇੱਕ ਸਟੰਟ ਹੈ, ਨਾ ਇਹਨਾਂ ਦੇ ਬਿਆਨ ਦਾ ਕੋਈ ਅਸਰ ਹੋਣਾ ਅਤੇ ਨਾ ਉਹਦਾ ਕੋਈ ਅਸਰ ਹੋਣਾ, ਸਿਰਫ ਇੱਕ ਪਬਲਿਕ 'ਚ ਆਉਣ ਲਈ ਨਾ ਵੀ ਹਾਂ ਫੂਲਕਾ ਜੀ ਵੀ ਹੈਗੇ ਆ, ਉਹ ਕਹਿੰਦਾ ਮੈਂ ਵੀ ਹੈਗਾ, ਸਾਨੂੰ ਬੜਾ ਲੋਕਾਂ ਦਾ ਫਿਕਰ ਹੈ। ਸੋ ਇਸ ਕਿਸਮ ਦੀਆਂ ਹਲਕੀਆਂ ਗੱਲਾਂ ਹੈਗੀਆਂ, ਧਮਾਕੇ ਦੀ ਸਿਆਸੀ ਮਾਰਕੀਟਿੰਗ, ਹਾਂ ਆਪਣੀ ਮਾਰਕੀਟਿੰਗ ਜਿਹੜੀ ਹੈ ਨਾ, ਦਰਅਸਲ ਸਾਡੇ ਜਿਹੜੇ ਪੋਲੀਟੀਕਲ ਲੀਡਰ ਇਹ ਬਹੁਤ ਇਨਸਕਿਓਰ ਹੋ ਗਏ, ਕੋਈ ਬੰਦਾ ਵੀ ਜਿਹੜਾ ਐਮਐਲਏ ਜਿੱਤਿਆ ਉਹ ਵੀ ਸਿਕਿਓਰ ਨਹੀਂ, ਜਿਹੜਾ ਹਾਰਿਆ ਹੋਇਆ ਉਹ ਵੀ। ਜੇ ਸਰ ਤੁਸੀਂ ਪਾਰਟੀ ਦੇ ਸਲਾਹਕਾਰ ਵੀ ਹੋ, ਪਰ ਸਲਾਹ ਤਾਂ ਤੁਸੀਂ ਨਿਰਪੱਖ ਦਿੰਦੇ ਹੋਵੋਗੇ, ਭਾਜ ਦੀ ਜਿਹੜੀ ਗੱਲ ਕਰ ਰਹੇ ਹਾਂ ਉਹਦੇ ਬਾਰੇ ਕਰ ਲਓ ਗੱਲ ਜੀ। ਨਹੀਂ ਇਸ ਮੌਕੇ ਜਿਹੜੀ ਤੁਸੀਂ ਕਿਸ ਤਰ੍ਹਾਂ ਜਿਹੜੀ ਲੀਡਰਸ਼ਿਪ ਹੈ, ਜਾਂ ਤੁਸੀਂ ਬੜੇ ਸੀਨੀਅਰ ਵਕੀਲ ਹੋ ਜੀ, ਕੀ ਤੁਹਾਨੂੰ ਲੱਗਦਾ ਕਿ ਸਾਡੀਆਂ ਸਾਰੀਆਂ ਪੋਲੀਟੀਕਲ ਧਿਰਾਂ ਨੇ, ਇਕੱਲੇ ਸੁਖਬੀਰ ਦੀ ਗੱਲ ਨਹੀਂ ਕਰਦਾ, ਸੁਖਬੀਰ ਹੋ ਗਿਆ, ਵੇਰਕਾ ਸਾਹਿਬ ਹੋ ਗਏ, ਆਮ ਆਦਮੀ ਪਾਰਟੀ ਹੋ ਗਏ, ਫੂਲਕਾ ਸਾਹਿਬ ਹੋ ਗਏ, ਕਾਹਲੀ ਨਹੀਂ ਕਰ ਜਾਂਦੇ ਬਿਆਨ ਦੇਣ ਲਈ? ਥੋੜ੍ਹਾ ਸੰਜੀਦਗੀ ਨਾਲ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਪਹਿਲਾਂ ਅਸੀਂ ਪੁਲਿਸ ਨੂੰ ਫੌਜ ਨੂੰ ਕੰਮ ਕਰਨ ਦੀਏ, ਅਸੀਂ ਇੱਥੋਂ ਤੱਕ ਪਹੁੰਚ ਜਾਂਦੇ ਹਾਂ ਕਿ ਇੰਟੈਲੀਜੈਂਸ ਫੇਲਰ ਹੋ ਗਿਆ ਜੀ, ਸਾਡੀਆਂ ਇੰਟੈਲੀਜੈਂਸ ਦੀਆਂ ਏਜੰਸੀਆਂ ਫੇਲ ਹੋ ਗਈਆਂ। ਦੇਖੋ ਡਰਾ ਜੀ ਗੱਲ, ਤੁਸੀਂ ਇੰਨਾ ਨਾ, ਵੈਸੇ ਮੈਂ ਸਿਆਸਤਦਾਨਾਂ ਦੇ ਨਾਲ ਤਾਂ ਇਸ ਪੁਆਇੰਟ 'ਤੇ ਨਹੀਂ ਸਹਿਮਤ ਵੀ ਇੰਨਾ ਰੌਲਾ ਪਾ ਲੈਣਾ ਜੀ, ਪਰ ਨਹੀਂ, ਕਿਉਂਕਿ ਮੇਰਾ ਸਬਜੈਕਟ ਇਹ ਹੈ ਕਿ ਜਿਹੜੇ ਧਮਾਕੇ ਹੁੰਦੇ ਨੇ, ਪੋਲੀਟੀਕਲ ਲਾ ਲੋਕ ਇਸ ਧਮਾਕੇ ਦੀ ਪੋਲੀਟੀਕਲ ਮਾਇਲੇਜ ਲਈ ਮਾਰਕੀਟਿੰਗ ਕਿਉਂ ਕਰ ਰਹੇ? ਪਰ ਮੈਂ ਮੈਨੂੰ ਲੱਗਦਾ ਉਹ ਮਾਰਕੀਟਿੰਗ, ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਗੱਲ ਆਪਾਂ ਕਰ ਦਈਏ ਇਸ ਮਸਲੇ 'ਤੇ, ਉਹ ਇਹ ਹੈ
ਕਿ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਅਲਰਟ ਹੋਇਆ ਹੋਇਆ, ਪਹਿਲੀ ਗੱਲ। ਦੂਸਰੇ ਨੰਬਰ 'ਤੇ ਭਾਵੇਂ ਫੂਲਕਾ ਸਾਹਿਬ ਨੇ ਗਲਤ ਆਖਿਆ ਚਾਹੇ ਠੀਕ ਆਖਿਆ, ਉਹ ਜਾਣਨ, ਪਰ ਆਪਣੇ ਸਾਡੇ ਜਿਹੜੇ ਚੀਫ ਆਫ ਦੀ ਆਰਮੀ ਸਟਾਫ ਨੇ ਉਹਨਾਂ ਨੇ ਇਹ ਤਾਂ ਗੱਲ ਕਹੀ ਨਾ ਕਿ ਪੰਜਾਬ ਦੇ ਵਿੱਚ ਖਤਰਾ ਜੀ। ਚੀਫ ਸਾਹਿਬ ਦੇ ਕਹਿਣ ਦੇ ਬਾਵਜੂਦ, ਅਲਰਟ ਹੋਣ ਦੇ ਬਾਵਜੂਦ, ਪੰਜਾਬ 'ਚ ਖਤਰੇ ਦੀ ਗੱਲ ਤਾਂ ਸੁਖਬੀਰ ਵੀ ਕਹਿ ਰਿਹਾ, ਉਹ 2017 ਦੀਆਂ ਚੋਣਾਂ ਤੋਂ ਪਹਿਲਾਂ। ਮੇਰਾ ਕਹਿਣ ਤੋਂ ਭਾਵ ਇਹ ਹੈ ਜੀ ਵੀ ਇੰਨਾ ਅਲਰਟ ਹੋਣ ਦੇ ਬਾਵਜੂਦ, ਏਡੀ ਵੱਡੀ ਬਿਆਨ ਉਹਨਾਂ ਦੇ ਹੋਣ ਦੇ ਬਾਵਜੂਦ, ਪੁਲਿਸ ਦੀ ਅਲਰਟਨੈਸ ਹੋਣ ਦੇ ਬਾਵਜੂਦ, ਇਹ ਜਿਹੜੇ ਲੋਕਾਂ ਨੇ ਇਹ ਕੰਮ ਕਰਨ 'ਚ ਕਾਮਯਾਬ ਹੋ ਗਏ, ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਬਹੁਤ ਵੱਡੀ ਫੇਲਰ ਤਾਂ ਹੈ ਆ। ਕਿਉਂਕਿ ਜੇ ਅਸੀਂ ਆਪਾਂ ਇਹਨੂੰ ਲਾਈਟਲੀ ਕਹਿਣਾਗੇ ਇਹ ਫੇਲਰ ਹੈ ਨਹੀਂ ਜੀ, ਫੇਲਰ ਹੈ ਨਹੀਂ ਜੀ, ਸਭ ਕੁਝ ਠੀਕ ਆ ਜੀ, ਢੱਕ ਦਿਓ ਜੀ ਇਹਨੂੰ, ਇਹ ਵੀ ਗੱਲ ਠੀਕ ਨਹੀਂ ਹੈਗੀ। ਨਹੀਂ, ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਜੇ ਫੇਲਰ ਹੈ ਤਾਂ ਇਹ ਸੁਖਬੀਰ ਬਾਦਲ ਦੇ ਰਾਜ 'ਚ ਵੀ ਹੋਈ ਹੈ ਕਈ ਵਾਰ, ਪਠਾਨਕੋਟ ਵੀ ਹੋਇਆ, ਦੇਖੋ ਇਹ ਗੱਲ ਜਿਹੜੀ ਗੱਲ ਤੁਸੀਂ ਜਿਹੜਾ ਮਾੜ ਬੰਬ ਧਮਾਕਾ ਉਹ ਵੀ ਹੋਇਆ। ਮੈਂ ਕਹਿੰਦਾ ਵੀ ਦੁਰਾਹੇ ਕੋਲੇ ਟ੍ਰੇਨ ਦੇ ਵਿੱਚ ਵੀ ਬਲਾਸਟ ਹੋਇਆ ਹੈ, ਜਿਹੜੀਆਂ ਦਿਲ ਤੁਸੀਂ ਕਹਿੰਦੇ ਹੋ, ਮੈਂ ਕਹਿੰਦਾ ਵੀ ਮੰਨ ਲਈ ਗੱਲ ਤੁਹਾਡੀ, ਘਟਨਾਵਾਂ ਤਾਂ ਅਕਾਲੀ ਰਾਜ 'ਚ ਕਿਹੜਾ ਨਹੀਂ ਹੋਈਆਂ, ਪਰ ਗੱਲ ਇਹ ਆ ਵੀ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਇਹ ਅਟੈਕ ਹੋਇਆ, ਜਿਵੇਂ ਅੱਜ ਉਹਨਾਂ ਨੇ ਡੀਜੀਪੀ ਨੇ ਕਿਹਾ, ਇਹਦਾ ਮਤਲਬ ਇਹ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਬਣ ਗਈ ਨਾ, ਅਸੀਂ ਸਿਰਫ ਸਰਕਾਰ ਨੂੰ ਕਿਉਂ ਨਿਸ਼ਾਨਾ ਬਣਾਉਂਦੇ ਹਾਂ, ਇਸ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਮੇਨਟੇਨ ਕਰਨਾ ਉਹ ਸੂਬੇ ਦੀ ਸਰਕਾਰ ਦਾ ਕੰਮ ਹੈ, ਸੂਬੇ ਦੀ ਸਰਕਾਰ ਇਸ ਕੰਮ 'ਚ ਅੱਜ ਫੇਲ ਹੋਈ ਆ। ਇਹਦਾ ਮਤਲਬ ਇਹ ਤਾਂ ਮੰਨ ਲਈਏ ਨਾ ਵੀ ਸੁਖਬੀਰ ਬਾਦਲ ਦੀ ਸਰਕਾਰ ਵੀ ਫੇਲ ਹੋਈ ਸੀ। ਦੇਖੋ ਜੀ, ਜਿਹੜੀ ਕੋਈ ਕਾਰਵਾਈ ਜਿਸ ਦੀ ਸਰਕਾਰ ਦੇ ਵਿੱਚ ਹੁੰਦੀ ਹੈ, ਜ਼ਿੰਮੇਵਾਰੀ ਤਾਂ ਸਰਕਾਰ ਦੀ ਹੋਈ ਹੈ ਨਾ ਉਸ ਦੀ। ਦੇਖੋ ਗੱਲ ਇੱਕ ਆ ਜੀ, ਦੇਖੋ ਗੱਲ ਇੱਕ ਆ, ਇੱਕ ਬੜਾ ਤੁਸੀਂ ਇਹ ਗੱਲ ਹੋਰ ਹੈ, ਲੋਕਾਂ ਦੀਆਂ ਜਿਹੜੀਆਂ ਨਿੱਜੀ ਲੜਾਈਆਂ ਨੇ ਜਾਂ ਆਪਸੀ ਗੱਲਾਂ ਨੇ ਜਾਂ ਇੰਡੀਵਿਜੁਅਲਸ ਦੀਆਂ ਇੱਕ ਦੂਜੇ ਨਾਲ ਘਟਨਾਵਾਂ ਨੇ, ਉਹਨਾਂ ਨੂੰ ਆਪਾਂ ਨਿਰੰਕਾਰੀਆਂ ਦੇ ਉੱਤੇ ਅਟੈਕ ਵਾਲੀ ਗੱਲ ਦੇ ਨਾਲ ਮੁਕਾਬਲਾ ਨਾ ਕਰੀਏ। ਇਹ ਗੱਲ ਖਤਰਨਾਕ ਹੈਗੀ ਆ, ਤੁਹਾਨੂੰ ਮੈਂ ਦੱਸਾਂ, ਇਸ ਤਰ੍ਹਾਂ ਦੀ ਗੱਲ ਕੱਲ੍ਹ ਨੂੰ ਵੱਧ ਗਈ ਤਾਂ ਇਹ ਗੱਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਮੱਸਿਆ ਬਣ ਸਕਦੀ ਆ। ਮੈਂ ਤੁਹਾਨੂੰ ਤੁਸੀਂ ਮੇਰੀ ਗੱਲ ਨੂੰ ਇੱਕ ਹੋਰ ਤਰੀਕੇ ਨਾਲ ਲਿਆ, ਤੁਸੀਂ ਕਿਹਾ ਵੀ 78 ਨੂੰ ਯਾਦ ਨਾ ਕਰੋ ਜੀ, 78 ਦੀ ਘਟਨਾ ਤੋਂ ਹੀ 84 ਉਪਜਿਆ ਸੀ। ਪਰ ਇਹ ਤਾਂ ਗੱਲ ਆਵੇ ਨਾ ਜੇ ਘਟਨਾ ਪਹਿਲੀ ਵਾਰੀ ਹੋਈ ਹੋਵੇ, ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ, ਇਸ ਤੋਂ ਪਹਿਲਾਂ ਪਠਾਨਕੋਟ ਹੋਇਆ, ਉਹ ਪਠਾਨਕੋਟ ਤੋਂ ਪਹਿਲਾਂ ਉਸ ਤੋਂ ਬਾਅਦ ਤੁਹਾਡੇ ਮੌੜ ਬੰਬ ਧਮਾਕਾ ਹੋਇਆ, ਤੁਹਾਡੀ ਸ਼ਿੰਗਾਰ ਸਿਨੇਮੇ 'ਚ ਫਿਲਮ ਚੱਲ ਰਹੀ ਸੀ ਉੱਥੇ ਬੰਬ ਧਮਾਕਾ ਹੋਇਆ, ਤੁਹਾਡੀ ਗੱਲ ਮੰਨ ਲਈ। ਇਹ ਜਾਂ ਤਾਂ ਹੋਵੇ ਨਾ ਕਿ ਜਦੋਂ ਦਾ ਕਾਲਾ ਦੌਰ ਖਤਮ ਹੋਇਆ ਉਸ ਤੋਂ ਬਾਅਦ ਪੰਜਾਬ 'ਚ 15-20 ਸਾਲ ਕੋਈ ਘਟਨਾ ਹੀ ਨਹੀਂ ਹੋਈ, ਤੇ 20 ਸਾਲ ਬਾਅਦ ਪਹਿਲੀ ਵਾਰੀ ਘਟਨਾ ਹੋਈ। ਸਾਰੀ ਗੱਲ ਮੰਨ ਲਈ, ਇਹਦਾ ਖਤਰਾ ਇਹ ਆ ਕਿ ਇਹ ਆਰਗੇਨਾਈਜ਼ਡ ਅਟੈਕ ਜੇਕਰ ਹੋਇਆ, ਹਰ ਅਟੈਕ ਆਰਗੇਨਾਈਜ਼ਡ ਹੈ, ਜੇਕਰ ਸਿਨੇਮੇ 'ਚ ਜਾ ਕੇ ਬੰਬ ਧਮਾਕਾ ਕਰਨਾ ਵੀ ਇੱਕ ਆਰਗੇਨਾਈਜ਼ਡ ਹੈ। ਕਰਨਲ ਸਾਹਿਬ, ਹੁਣ ਜਦੋਂ ਜੰਮੂ ਕਸ਼ਮੀਰ ਸਾਡੇ ਤੋਂ ਸਾਂਭਿਆ ਨਹੀਂ ਜਾ ਰਿਹਾ, 56 ਇੰਚ ਦੇ ਛਾਤੀ ਦੀ ਵੀ ਗੱਲ ਆਈ, ਅਸੀਂ ਉਹਨਾਂ ਦਾ ਜ਼ੋਰ ਵੀ ਦੇਖ ਰਹੇ ਹਾਂ ਲਗਾਤਾਰ 56 ਇੰਚ ਦਾ, ਪਰ ਜੰਮੂ ਕਸ਼ਮੀਰ ਦੇ ਹਾਲਾਤ ਵੀ ਸੁਧਰ ਨਹੀਂ ਰਹੇ, ਕੀ ਇਹ ਮੰਨਿਆ ਜਾਵੇ ਕਿ ਜਿਹੜੇ ਜੰਮੂ ਕਸ਼ਮੀਰ ਦੇ ਦਹਿਸ਼ਤਗਰਦ ਨੇ ਇਸ ਵਕਤ ਪੰਜਾਬ ਜੰਮੂ ਕਸ਼ਮੀਰ ਦੇ ਦਹਿਸ਼ਤਗਰਦਾਂ ਦੇ ਖਤਰੇ 'ਚ ਹੈ, ਕਿਉਂਕਿ ਪੰਜਾਬ 'ਚ ਤਾਂ ਕੋਈ ਅਜਿਹੀ ਲਹਿਰ ਨਹੀਂ ਨਜ਼ਰ ਆਉਂਦੀ? ਬਿਲਕੁਲ ਸਹੀ ਗੱਲ ਹੈ ਜੀ, ਜਿਹੜੇ ਜੰਮੂ ਕਸ਼ਮੀਰ ਦੇ ਦਹਿਸ਼ਤਗਰਦ ਨੇ ਉਹ ਐਕਚੁਲੀ ਇੱਕ ਜਿਸ ਤਰ੍ਹਾਂ ਆਪਣੇ ਪੰਜਾਬ 'ਚੋਂ ਲੋਕ ਬਾਹਰ ਜਾ ਰਹੇ ਨੇ ਜਾਂ ਹੋਰ ਇਨਸਕਿਉਰਿਟੀ ਹੈ, ਜੰਮੂ ਕਸ਼ਮੀਰ 'ਚੋਂ ਬਹੁਤ ਸਾਰੇ ਸਟੂਡੈਂਟ ਪੰਜਾਬ ਦੀਆਂ ਯੂਨੀਵਰਸਿਟੀਆਂ, ਦਿੱਲੀ ਦੀ ਯੂਨੀਵਰਸਿਟੀਆਂ ਵਿੱਚ ਬਾਹਰ ਆ ਰਹੇ ਨੇ ਪੜ੍ਹਨ ਵਾਸਤੇ, ਔਰ ਇਹ ਪੜ੍ਹਿਆ ਲਿਖਿਆ ਤਬਕਾ ਇੱਕ ਮੇਨ ਟਾਰਗੇਟ ਹੈ। ਜਲੰਧਰ 'ਚ ਵੀ ਜਦੋਂ ਫੜੇ ਗਏ ਉਹ ਜ਼ਾਕਿਰ ਮੂਸਾ ਦਾ ਲਿੰਕ ਉੱਥੋਂ ਨਿਕਲਿਆ, ਜਿਹਦੇ ਪੋਸਟਰ ਵੀ ਲੱਗੇ, ਵੀ ਉਹ ਇਹ ਪੜ੍ਹੀ ਹੋਈ ਕਲਾਸ ਨੂੰ ਟਾਰਗੇਟ ਕਰਨ ਬਾਰੇ ਬਾਹਰ ਆ ਰਹੇ ਨੇ ਔਰ ਪੜ੍ਹੀ ਲਿਖੀ ਕਲਾਸ ਨੂੰ ਇਨਵੋਲਵ ਕਰਨਾ ਚਾਹੁੰਦੇ ਨੇ। ਦੂਜੀ ਜਿਹੜੀ ਤੁਸੀਂ ਆਰਮੀ ਵਾਲੀ ਗੱਲ ਕੀਤੀ ਹੈ, ਮੈਂ ਕਲੈਰੀਫਾਈ ਕਰਾਂ ਵੀ ਆਰਮੀ ਔਰ ਜਿਹੜਾ ਪੁਲਿਸ ਦਾ ਸਿਸਟਮ ਹੈ ਨਾ, ਡਿਫਰੈਂਟ ਹੁੰਦਾ ਜੀ। ਇੱਥੇ ਕੋਈ ਚੀਫ ਕਿਸੇ ਨੂੰ ਸਿਲੈਕਟ ਕਰਕੇ ਵੀ ਮੈਂ ਤੈਨੂੰ ਫਲਾਣੀ ਕੰਪਨੀ ਦਾ ਜਾ ਕੇ ਪਠਾਨਕੋਟ ਉੱਥੇ ਕੰਪਨੀ ਕਮਾਂਡਰ ਲਾਤਾ, ਉਹ ਨਹੀਂ ਹੁੰਦਾ।
ਇੱਕ ਚੇਨ ਆਫ ਕਮਾਂਡ ਹੁੰਦੀ ਹੈ ਜਿੱਦਾਂ ਪੁਲਿਸ 'ਚ ਵੀ ਉਹਨੂੰ ਆਪਦੀ ਪਸੰਦ ਆ ਉੱਥੇ SHO ਲਾਤਾ ਅਤੇ ਉਹ ਤੋਂ ਆਪਦਾ ਮਰਜ਼ੀ ਕੰਮ ਕਰਾ ਲਿਆ। ਚੀਫ਼ ਦਾ ਜਵਾਨਾਂ ਨਾਲ ਜਾਂ ਇੱਕ ਮੇਜਰ ਨਾਲ ਵੀ ਕੋਈ ਡਾਇਰੈਕਟ ਇੰਟਰੈਕਸ਼ਨ ਕਦੇ ਵੀ ਨਹੀਂ ਹੁੰਦਾ। ਫੋਨ 'ਤੇ ਗੱਲ ਹੋਣੀ ਤਾਂ ਦੂਰ ਦੀ ਗੱਲ ਹੈ, ਕਦੇ ਵੀ ਕੋਈ ਨਹੀਂ ਹੁੰਦਾ। ਇੱਕ ਚੇਨ ਆਫ ਕਮਾਂਡ ਹੈ ਜਾਂ GOC ਨੂੰ ਜਾਊਗਾ ਕੋਰ ਕਮਾਂਡੋ, ਉਹ ਇੰਨੇ ਬੰਦਿਆਂ 'ਚ ਇਹੀ ਜਿਹੀ ਕੋਈ ਗੱਲ ਕਰਨੀ ਜਿਹੜੀ ਲਾਅ ਦੇ ਖਿਲਾਫ਼ ਹੈ ਜਸਟ ਇੰਪੋਸੀਬਲ ਹੁੰਦੀ ਹੈ। ਬਾਕੀ ਸ਼ਾਂਤੀ ਵਾਲੀ ਗੱਲ ਹੈ, ਆਪਾਂ ਨੂੰ ਸਿੱਖਣਾ ਚਾਹੀਦਾ ਹੈ ਵੀ ਦੇਖੋ ਰੌਲਾ ਤਾਂ ਪੋਲੀਟੀਸ਼ੀਅਨ ਤਾਂ ਪਾਈ ਜਾਂਦੇ ਨੇ। ਜਿੱਥੇ ਇਹ ਘਟਨਾ ਹੋਈ ਜਿਹੜਾ ਸੁਖਦੇਵ ਮਾਰਿਆ ਗਿਆ, ਉਹਦੀ ਵਾਈਫ ਕਿੰਨੀ ਪੇਸ਼ੈਂਸ ਦਿਖਾਈ ਉਸਨੇ ਪ੍ਰਵੀਨ ਨੇ, ਜੀ ਬਿਲਕੁਲ, ਉਹਦਾ ਹਸਬੈਂਡ ਮਾਰਿਆ ਗਿਆ, ਦੂਸਰਿਆਂ ਨੂੰ ਦਿਲਾਸਾ ਦੇ, ਉਹ ਦੂਸਰਿਆਂ ਨੂੰ ਉਹਦੀ ਡੈੱਡ ਬੋਡੀ ਉੱਥੇ ਪਈ ਸੀ, ਦੂਸਰਿਆਂ ਨੂੰ ਦਿਲਾਸਾ ਦਿਆ ਵੀ ਸ਼ਾਂਤੀ ਰੱਖਣੀ ਹੈ, ਕੋਈ ਇੱਥੇ ਭੜਕਾਉਣਾ ਨਹੀਂ। ਆਪਣੀ ਬੇਟੀ ਨੂੰ ਵੀ ਉਹਨੇ ਬਾਹਰ ਜੋ ਹੈ ਕਿਹਾ ਵੀ ਕੋਈ ਗੱਲ ਨਹੀਂ, ਤੂੰ ਆਪਦਾ ਟਾਈਮ ਸਰਕਾਈ ਪਈ, ਕੋਈ ਨਹੀਂ ਅਸੀਂ ਸਾਂਭਾਂਗੇ। ਉਹਨੇ ਸਾਰਿਆਂ ਨੂੰ ਸਾਂਭਿਆ। ਇਹ ਹੁੰਦੀ ਹੈ ਆਪਦੇ ਆਪ ਨੂੰ ਕੰਟਰੋਲ ਕਰਕੇ ਇੱਕ ਲੋਕਾਂ ਨੂੰ ਟਿਕਾਉਣਾ ਚਾਹੁੰਦੀ ਤਾਂ ਉਹ ਵੀ ਚਲੋ ਜੀ ਰੋਡ ਰੋਕੀਏ, ਪਹਿਲਾਂ ਤਾਂ ਆਪਾਂ ਧਰਨਾ ਲਾਈਏ ਸੜਕ 'ਤੇ, ਆਪਾਂ ਟ੍ਰੈਫਿਕ ਰੋਕੀਏ, ਉੱਥੇ ਲਾਠੀ ਚਾਰਜ ਹੁੰਦਾ, ਗੋਲੀ ਗੋਲੀ ਚੱਲਦੀ, ਦੋ ਦਿਨ ਉੱਥੇ ਹੁੰਦਾ ਅਤੇ ਮਸਲਾ ਕਿਸੇ ਪਾਸੇ ਹੋਰ ਲਿਜਾਇਆ ਜਾ ਸਕਦਾ ਸੀ, ਪਰ ਉਹ ਨਹੀਂ ਹੁੰਦਾ। ਇਹ ਲੀਡਰਾਂ ਨੂੰ ਪਲੀਜ਼ ਇਹ ਤਾਂ ਬਾਜ ਹੋਣੇ ਜੇ ਬਿਆਨ ਦੇ ਕੇ ਇਹ ਹੋ ਗਿਆ, ਉਹਨੇ ਕਰਾਇਆ, ਸਾਡੇ ਰਾਜ 'ਚ ਨਹੀਂ ਹੋਇਆ, ਉਹਦੇ ਰਾਜ 'ਚ ਨਹੀਂ ਹੋਇਆ। ਹਰੇਕ ਜਿਹੜੀ ਪਾਰਟੀ ਪਾਵਰ 'ਚ ਹੁੰਦੀ ਹੈ ਉਹ ਕਹਿੰਦੀ ਇਹ ਛੋਟੀ ਗੱਲ ਹੈ, ਓਪੋਜੀਸ਼ਨ 'ਚ ਕਹਿੰਦੇ ਇਹ ਤਾਂ ਜੀ ਪਹਿਲੀ ਵਾਰੀ ਹੋਇਆ, ਬਸ ਹੁਣੀ ਫੇਲੀਅਰ ਹੋ ਗਿਆ ਲਾ ਐਂਡ ਆਰਡਰ। ਜਿਹੜੇ ਸਾਡੇ ਟਾਈਮ ਹੋਏ ਸੀ ਉਹਨਾਂ 'ਤੇ ਮਿੱਟੀ ਪਾਓ ਜੀ, ਉਹ ਤਾਂ ਛੋਟੀ ਛੋਟੀ ਗੱਲਾਂ ਜੀ। ਚਲੋ ਇੱਕ ਹੋਰ ਬੜਾ ਅਹਿਮ ਵਿਸ਼ਾ, ਉਹਦੇ 'ਤੇ ਵੀ ਛੋਟੀ ਛੋਟੀ ਟਿੱਪਣੀ ਲੈ ਲਈਏ। ਸੁਖਵੀਰ ਬਾਦਲ SIT ਅੱਗੇ ਆਖਰ ਪੇਸ਼ ਹੋਏ ਨੇ ਚੰਡੀਗੜ੍ਹ ਦੇ ਵਿੱਚ, ਬਹੁਤ ਲੰਮੇ ਸਮੇਂ ਤੋਂ ਮੰਗ ਸੀ, ਹਾਲਾਂਕਿ ਬਤੌਰ ਗਵਾਹ ਪੇਸ਼ ਹੋਏ ਨੇ, ਬਤੌਰ ਮੁਲਜ਼ਮ ਪੇਸ਼ ਨਹੀਂ ਹੋਏ। ਗਿੱਲ ਸਾਹਿਬ ਥੋੜ੍ਹੀ ਟਿੱਪਣੀ ਲਊਂਗਾ, SIT ਨੂੰ ਮਿਲਣ ਤੋਂ ਬਾਅਦ ਸੁਖਵੀਰ ਬਾਦਲ ਨੇ ਫਿਰ ਇਹੀ ਗੱਲ ਕਹੀ ਹੈ ਕਿ ਜਿਹੜੀ SIT ਹੈ ਉਹ ਕੈਪਟਨ ਅਮਰਿੰਦਰ ਦੇ ਇਸ਼ਾਰੇ 'ਤੇ ਰਿਪੋਰਟ ਬਣਾਓ, ਮਤਲਬ ਅਸੀਂ ਗਰਾਊਂਡ ਪਹਿਲਾਂ ਤਿਆਰ ਕਰਤੀ ਕਿ ਜੋ ਵੀ ਰਿਪੋਰਟ ਬਣਨੀ ਹੈ ਕੈਪਟਨ ਅਮਰਿੰਦਰ ਨੇ ਬਣਾਉਣੀ ਹੈ। ਸਾਨੂੰ ਜੇ ਭਰੋਸਾ ਹੀ ਨਹੀਂ SIT 'ਤੇ ਫਿਰ ਆਪਾਂ ਪੇਸ਼ ਕਿਉਂ ਹੋਏ, ਕਿਉਂਕਿ ਬਾਦਲ ਸਾਹਿਬ ਵੇਲੇ ਵੀ ਇਹੀ ਕਿਹਾ ਗਿਆ ਸੀ ਕਿ ਰਿਪੋਰਟ ਤਾਂ ਉਹੀ ਬਣਨੀ ਹੈ ਜੋ ਅਮਰਿੰਦਰ ਸਿੰਘ ਕਹੂਗਾ। ਇਹਦਾ ਮਤਲਬ ਅਸੀਂ ਉਸ SIT ਕੋਲ ਜਾ ਰਹੇ ਹਾਂ ਜਿੱਥੇ ਸਾਨੂੰ ਭਰੋਸਾ ਹੀ। ਇਹ ਦੇਖੋ ਜੀ ਗੱਲ ਇਹ ਆ ਵੀ ਜਿਹੜੇ ਇੱਕ ਅਫਸਰ ਤੋਂ ਬਿਨਾਂ ਜਿਹੜੇ ਬਾਕੀ ਦੇ ਦੋ ਅਫਸਰ ਨੇ ਉਹਨਾਂ 'ਤੇ ਤਾਂ ਪਾਰਟੀ ਨੇ ਸਾਡੇ ਵਿਸ਼ਵਾਸ ਪ੍ਰਗਟ ਕੀਤਾ ਹੀ ਹੈ ਨਾ ਜੀ। ਇਸ ਤਰ੍ਹਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੀ ਟੀਮ ਜਿਹੜੀ ਹੈਗੀ ਆ, ਕਿਉਂਕਿ ਇੱਕ ਅਫਸਰ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਬਾਦਲ ਸਾਹਿਬ ਦੀਆਂ ਸਿਕਿਉਰਿਟੀ 'ਤੇ, ਗੱਡੀਆਂ 'ਤੇ, ਉਹਨਾਂ ਦੇ ਨਾਲ ਬੋਡੀਗਾਰਡਾਂ 'ਤੇ, ਉਹਦੇ ਬਾਰੇ ਤਾਂ ਕਿਹਾ ਗਿਆ ਵੀ ਇਹ ਪਾਰਟੀ ਵਾਜ ਆ। ਅਤੇ ਜਿਹੜੇ ਬਾਕੀ ਦੇ ਅਫਸਰ ਨੇ ਉਹਨਾਂ ਦੀ ਤਾਂ ਨਿਰਪੱਖਤਾ ਨੂੰ ਕਿਸੇ ਨੇ ਚੈਲੇਂਜ ਨਹੀਂ ਕੀਤਾ, ਇਸ ਲਈ ਉਹ ਜਿਹੜੀ ਇਹ ਗੱਲ ਵੱਖਰੀ ਆ, ਇਹ ਗੱਲ ਵੱਖਰੀ ਹੈ ਬਈ ਉਹਨਾਂ ਦੀ ਦਿੱਤੀ ਹੋਈ ਰਿਪੋਰਟ ਨੂੰ ਸਰਕਾਰ ਆਪਣਾ ਰੂਪ ਕੋਈ ਹੋਰ ਦੇ ਦਿੰਦੀ ਆ, ਅਦਰਵਾਈਜ਼ ਉਹਨਾਂ ਅਫਸਰਾਂ ਦੀ ਤਾਂ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਇਹ ਅਫਸਰ ਨਿਰਪੱਖ ਨਹੀਂ ਹੈ ਜੀ। ਚਲੋ ਥੋੜ੍ਹੀ ਟਿੱਪਣੀ ਲੈ ਲਵਾਂ ਜੀ, ਜੋ ਸੁਖਵੀਰ ਬਾਦਲ ਨੇ ਜੋ ਕੁਝ ਅੱਜ ਕਿਹਾ SIT 'ਚ ਆਉਣ ਤੋਂ ਬਾਅਦ ਕਿ ਇਹ ਸਰਕਾਰੀ ਰਿਪੋਰਟ ਬਣਨੀ ਹੈ ਇਹਦੇ 'ਤੇ, ਨਹੀਂ ਦੇਖੋ ਇਹ ਜਦੋਂ ਰਣਜੀਤ ਸਿੰਘ ਕਮਿਸ਼ਨ ਬਣਿਆ ਉਦੋਂ ਵੀ ਇਹਨਾਂ ਦਾ ਇਹੀ ਸੀਗਾ ਵੀ ਤਾਂ ਉਦੋਂ ਤਾਂ ਪੇਸ਼ ਵੀ ਨਹੀਂ ਹੋਏ, ਹੁਣ ਇੱਕ ਪਬਲਿਕ ਓਪੀਨੀਅਨ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਇਹਨਾਂ ਦੀ ਅਗੇਂਸਟ ਹੋ ਗਈ, ਪਬਲਿਕ ਪਰਸੈਪਸ਼ਨ ਚੇਂਜ ਹੋ ਗਈ, ਹੁਣ ਦੇ ਆਰ ਗੋਇੰਗ ਟੂ ਦੈਟ ਸੈਟ ਅੰਡਰ ਪਬਲਿਕ ਪ੍ਰੈਸ਼ਰ। ਸੋ ਪਰ ਉਹ ਜਾਣਾ ਤਾਂ ਪੈ ਰਿਹਾ, ਪਰ ਉਹ ਕਹਿੰਦਾ ਵੀ ਜੇ ਕੱਲ੍ਹ ਨੂੰ ਹੋਇਆ ਅਸੀਂ ਕਹਾਂਗੇ, ਤਾਂ ਪਹਿਲੇ ਕਹਿੰਦੇ ਸੀਗੇ ਵੀ ਇਹਨਾਂ ਨੇ ਤਾਂ ਸਾਡੇ ਖਿਲਾਫ਼ ਹੀ ਲਿਖਣਾ ਚਾਹੇ ਅਸੀਂ ਦੋਸ਼ੀ ਹੈਗੇ ਨਹੀਂ ਹੈਗੇ। ਸੋ ਇਹ ਸਾਰੇ ਪੋਲੀਟੀਕਲ ਕੈਲਕੂਲੇਸ਼ਨ 'ਚੋਂ ਇਹ ਗੱਲਾਂ ਨਿਕਲਦੀਆਂ ਹੈਗੀਆਂ, ਕੋਈ ਇਹਦੇ 'ਚ ਸੱਚ ਵਾਲੀ ਜਾਂ ਝੂਠ ਵਾਲੀ ਉਸ ਐਂਗਲ ਤੋਂ ਨਾ ਆਪਾਂ ਇਹਨੂੰ ਦੇਖੀਏ, ਇੱਕ ਪੋਲੀਟੀਕਲ ਜਿਹੜਾ ਇੱਕ ਮੋਟਿਵ ਜਿਹੜਾ ਹੈਗਾ ਜਿਹੜੀ ਸਿੱਟ ਹੈ ਕਿ ਇਹ ਵੀ ਇੱਕ ਪੋਲੀਟੀਕਲ ਬੈਟਿੰਗ ਕਰਨ ਵਾਲੀ ਪਿੱਚ ਬਣ ਗਈ, ਇਹ ਮੰਨਿਆ ਜਾਂਦਾ? ਬਿਲਕੁਲ ਬਿਲਕੁਲ, ਇਹ ਤਾਂ ਇਹ ਨੋ ਡਾਊਟ ਕਿੰਨਾ ਕੁਛ ਇਹ ਜਿਹੜਾ ਕੁਛ ਪੰਜਾਬ ਸਰਕਾਰ ਵੀ ਕਰ ਰਹੀ ਹੈ ਤਾਂ ਇਹ ਵੀ ਅੰਡਰ ਪ੍ਰੈਸ਼ਰ ਹੀ ਕਰ ਰਹੀ ਜੀ, ਪਾਰਟੀ ਦਾ ਪ੍ਰੈਸ਼ਰ ਹੈਗਾ ਵੀ ਇਹ ਇੰਨਾ ਕੁਛ ਹੋ ਗਿਆ, ਤੁਸੀਂ ਕਿਉਂਕਿ ਚੋਣਾਂ ਵੇਲੇ ਤੁਸੀਂ ਆਹ ਕਹਿੰਦੇ ਸੀ ਵੀ ਅਸੀਂ ਫੜ ਕੇ ਅੰਦਰ ਕਰਾਂਗੇ ਜਿਹੜੇ ਦੋਸ਼ੀ ਹੋਣਗੇ, ਅਤੇ ਹੁਣ ਤੁਸੀਂ ਇਹਨਾਂ ਨੂੰ ਕੁਛ ਕਹਿ ਨਹੀਂ ਰਹੇ। ਸੋ ਦੋਵੇਂ ਧਾਰਾ ਜਿਹੜੀਆਂ ਜਿਹੜਾ ਕੋਈ ਕਰ ਰਹੀਆਂ ਨਾ, ਇਹ ਕਈ ਵਾਰੀ ਤਾਂ ਐਂ ਲੱਗਦਾ ਵੀ ਇੱਕ ਨੂਰੀ ਕੁਸ਼ਤੀ ਹੋਈ ਹੈ
ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਵੀ ਐਸ ਆਈ ਟੀ ਸਵਾਲ ਤਾਂ 125 ਲਿਖਦੀ ਹੈ, ਲਿਖ ਕੇ ਲੈ ਜਾਂਦੀ ਹੈ, ਪੁੱਛਦੀ 5 ਕੀ ਹੈ। ਪਰ ਇਹ ਵੀ ਸਵਾਲ ਬਹੁਤ ਵੱਡਾ ਨਾ, ਕਿਉਂਕਿ ਐਸ ਆਈ ਟੀ ਤਾਂ ਹਜੇ ਬੋਲ ਹੀ ਨਹੀਂ ਰਹੀ ਕਿ ਅਸੀਂ ਕਿੰਨੇ ਸਵਾਲ ਪੁੱਛੇ। ਅੱਛਾ ਚਲੋ ਨਹੀਂ ਪੁੱਛੇ, ਪਰ ਇਹ ਤਾਂ ਬਾਹਰ ਆ ਕੇ ਕਹਿੰਦੇ 5 ਹੀ ਹੈ। ਪਰ ਇੱਕ ਗੱਲ ਤਾਂ ਚਲੋ ਬਾਦਲ ਸਾਹਿਬ ਵੀ ਮੰਨਦੇ ਆ ਕਿ ਰਿਪੋਰਟ ਇਹੋ ਜਿਹੇ ਕੇਸਾਂ 'ਚ ਚੀਫ ਮਿਨਿਸਟਰ ਲਿਖਦਾ ਹੁੰਦਾ, ਉਹਨਾਂ ਨੇ ਮੰਨ ਲਿਆ। ਅਤੇ ਜੇ ਅੱਜ ਚੀਫ ਮਿਨਿਸਟਰ ਲਿਖਦਾ ਤਾਂ ਪਹਿਲਾਂ ਕਿਹੜਾ ਨਹੀਂ ਲਿਖਦਾ ਹੋਊਗਾ? ਐਸ ਆਈ ਟੀ ਤਾਂ ਉਹਨਾਂ ਨੇ ਬਣਾਈ ਸੀ ਇਹ ਜੀ, ਬੰਦੇ ਤਾਂ ਉਹੀ ਨੇ। ਫਿਰ ਇਹਦਾ ਮਤਲਬ ਹੋ ਸਕਦਾ ਜੋਰਾ ਸਿੰਘ ਕਮਿਸ਼ਨ ਨੇ ਰਿਪੋਰਟ ਬਾਦਲ ਸਾਹਿਬ ਨੂੰ ਲਿਖਣ ਨਾ ਦਿੱਤੀ ਹੋਵੇ ਤਾਂ ਹੀ ਉਹ ਬਾਹਰ ਨਹੀਂ ਆਈ। ਚਲੋ ਬਹੁਤ ਬਹੁਤ ਧੰਨਵਾਦ, ਮਨ ਮਰਜ਼ੀ ਕਰਕੇ ਹੋਵੇ। ਬਹੁਤ ਬਹੁਤ ਧੰਨਵਾਦ ਕਰਨਲ ਸਾਹਿਬ, ਤੁਹਾਡਾ ਵੀ ਬੜੇ ਸੰਵੇਦਨਸ਼ੀਲ ਮਸਲਿਆਂ 'ਤੇ ਗੱਲ ਕੀਤੀ। ਗਿੱਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਔਰ ਔਜਲਾ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ। ਵੱਖ ਵੱਖ ਅਹਿਮ ਪੁਆਇੰਟਸ 'ਤੇ ਅਸੀਂ ਗੱਲ ਕੀਤੀ ਹੈ, ਔਰ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਤੁਸੀਂ ਅਸੀਂ ਸਾਰੇ ਹੀ ਦੇਸ਼ ਭਗਤ ਹਾਂ, ਔਰ ਦੁਨੀਆ ਭਰ 'ਚ ਕਿਤੇ ਵੀ ਪੰਜਾਬੀ ਬੈਠੇ ਨੇ ਸਵੇਰੇ ਸ਼ਾਮ ਉਹਨਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ ਸਾਡਾ ਸੁਖੀ ਰਹੇ, ਸਾਡੇ ਪੰਜਾਬੀ ਹੱਸਦੇ ਵੱਸਦੇ ਰਹਿਣ, ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਪੰਜਾਬ ਦੇ ਵਿੱਚ ਨੇ। ਪੰਜਾਬ ਦੀ ਤਰੱਕੀ ਹਰ ਕੋਈ ਚਾਹੁੰਦਾ ਹੈ, ਪਰ ਪੰਜਾਬ ਦਾ ਨੁਕਸਾਨ ਚਾਹੁਣ ਵਾਲੇ ਨੇ ਜਿਹੜੇ, ਭਾਵੇਂ ਉਹਨਾਂ ਨੂੰ ਦਹਿਸ਼ਤਗਰਦ ਕਹਿ ਲਈਏ, ਭਾਵੇਂ ਅੱਤਵਾਦੀ ਕਹਿ ਲਈਏ, ਅਸੀਂ ਸਾਰੇ ਉਹਨਾਂ ਦੇ ਖਿਲਾਫ ਹਾਂ। ਜ਼ਰੂਰਤ ਇਹ ਹੈ ਕਿ ਅਸੀਂ ਲੱਭੀਏ ਕਿ ਅਸਲ ਦੇ ਵਿੱਚ ਉਹ ਲੋਕ ਕਿਹੜੇ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ 'ਤੇ ਤੁਲੇ ਨੇ, ਅਤੇ ਅਸੀਂ ਯੋਜਨਾਬੱਧ ਢੰਗ ਦੇ ਨਾਲ ਉਹਨਾਂ ਨੂੰ ਜਾਂ ਤਾਂ ਸਮਝਾਈਏ, ਜਾਂ ਉਹਨਾਂ ਨੂੰ ਰੋਕੀਏ, ਜਾਂ ਕਿਸੇ ਵੀ ਤਰੀਕੇ ਨਾਲ ਕਾਬੂ ਪਾਈਏ, ਨਾ ਕਿ ਅਸੀਂ ਆਪਸ ਦੇ ਵਿੱਚ ਪੋਲੀਟੀਕਲ ਬਿਆਨਬਾਜ਼ੀ ਕਰਕੇ ਇੱਕ ਦੂਸਰੇ 'ਤੇ ਦੋਸ਼ ਮੜ ਕੇ ਉਹਨਾਂ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ। ਬਹੁਤ ਬਹੁਤ ਧੰਨਵਾਦ।